ਪਿਛਲੇ ਸਾਲ ਮੈਂ ਆਇਆ ਅਤੇ ਮੌਲਵੀਆਂ ਨੂੰ ਖੋਰੋ ਕੋਈ ਵੀ ਸ਼ੀਆ ਜੇ, ਮੈਂ ਅਬੂ ਬਕਰ ਪੜ੍ਹ ਕੇ ਗਿਆ, ਪੁੱਤਰ ਅਜੇ ਵੀ ਤਸੱਲੀ ਨਹੀਂ, ਅਤੇ ਮੈਂ ਰਬੀਓ ਸਾਨੀ 'ਚ ਬਗਦਾਦ ਪੜ੍ਹਨੇ ਗੌਸ ਦੇ ਮਿੰਬਰ 'ਤੇ ਬਹਿ ਕੇ ਉੱਥੇ ਤਸੱਲੀ ਕਰੀ, ਫਿਰ ਮੈਂ ਕਾਹਲਾ ਪੜ੍ਹਨੇ ਮਿਸਰ ਵਿੱਚ ਜਿੱਥੇ ਹੁਸੈਨ ਦਾ ਸਿਰ ਦਫਾ ਨੇ ਉੱਥੇ ਤਸੱਲੀ ਕਰ ਲਈ। ਪਿਛਲੇ ਸਾਲ ਜਿੰਨਾ ਮੈਨੂੰ ਸੁਣਿਆ ਅਬੂ ਬਕਰ 'ਤੇ ਰਾਤ ਖੜ੍ਹੇ ਕਰਿਆ ਜੇ, ਅੱਜ ਅਲੀ ਪੜ੍ਹ ਲਵਾਂ, ਅੱਜ ਹੁਸੈਨ ਪੜ੍ਹ ਲਵਾਂ, ਜੇ ਤਸੱਲੀ ਹੋ ਜਾਵੇ। ਮੈਂ ਜੇ ਖੁਤਬਾ ਨਹੀਂ ਪੜ੍ਹਿਆ, ਮੇਰੇ ਤੋਂ ਪਹਿਲੇ ਮੇਰੇ ਬੱਚੇ ਨੇ ਅਲੀ ਅਲੀ ਕਿਹਾ। ਇੱਕ ਬੰਦੇ ਹਜ਼ਰਤ ਅਲੀ ਦੇ 18 ਪੁੱਤਰ ਸਨ, ਹਰ ਇੱਕ ਦਾ ਨਾਂ ਵੱਖਰਾ ਵੱਖਰਾ ਸੀ। ਮੈਂ ਇਲਮ ਪੜ੍ਹਦਾ, ਇੱਥੇ ਮੇਰਾ ਬੇਟਾ ਇਮਰਾਨ ਆਸੀ ਸਾਹਿਬ ਪੜ੍ਹ ਗਿਆ, ਮੇਰੇ ਬੇਟੇ ਉਹ ਤੇ ਨੌਜਵਾਨ ਨੇ, ਨਾਲੇ ਉਹ ਸਮੁੰਦਰ ਹੈ। ਅੱਲਾ ਜਿਹਨੂੰ ਇੱਜ਼ਤ ਦੇਵੇ, ਅੱਲਾ ਉਹਨੂੰ ਮਜ਼ੀਦ ਇੱਜ਼ਤ ਅਤੇ ਰੁਤਬਾ ਦੇਵੇ। ਦੁਨੀਆ ਉਹਦੀ ਫੈਨ ਹੈ, ਦੁਨੀਆ ਉਹਨੂੰ ਸੁਣਦੀ, ਅਸੀਂ ਤੁਹਾਨੂੰ ਬੁੱਢੇ ਹਾਂ, ਨਾ ਜਾਣੇ ਕਿਸ ਗਲੀ ਮੇ ਜ਼ਿੰਦਗੀ ਕੀ ਸ਼ਾਮ ਹੋ ਜਾਏ। ਲੇਕਿਨ ਦੁਨੀਆ ਨੂੰ ਇਲਮ ਵੰਡਿਆ, 12 ਮੁਲਕਾਂ 'ਚ ਜਿੱਥੇ ਵੀ ਗਿਆ, ਅਲੀ ਦੇ 18 ਪੁੱਤਰ, ਖੁਤਬਾ ਨਹੀਂ ਪੜ੍ਹਿਆ, ਹਰ ਇੱਕ ਦਾ ਨਾਂ ਵੱਖਰਾ। ਹੁਸੈਨ ਨੇ ਹਰ ਇੱਕ ਦਾ ਅਲੀ ਕਿਉਂ ਰੱਖਿਆ? ਮੌਲਵੀ ਜਿਹੜੇ ਤਕਰੀਰਾਂ ਲਈ ਸਦੋਂ, ਉਹਨਾਂ ਨੂੰ ਪੁੱਛਿਆ ਜੀ ਕਿਉਂ, ਕਿਆ ਹੁਸੈਨ ਕੋਲ ਨਾ ਕੰਮ ਸਨ? ਹਸਨ ਨੇ ਵੱਖਰੇ ਰੱਖੇ, ਅਲੀ ਨੇ ਵੱਖਰੇ ਰੱਖੇ। ਹੁਸੈਨ ਪਿਆਂ ਦਾ ਅਗਰ 100 ਵੀ ਦਿੰਦਾ ਤੇ ਹਰ ਇੱਕ ਅਲੀ ਅਲੀ। ਸ਼ਾਹ ਜੀ ਖਿੜ ਕੇ ਬਹਿਣਾ, ਤੇਰੇ ਨਾਨੇ ਦਾ ਜ਼ਿਕਰ ਕਰ ਰਹੇ ਹਾਂ, ਪੀਰੀ ਮਰੀਦੀ ਘਰ ਇੱਥੇ ਖਿੜ ਕੇ ਸੁਣਨਾ। ਕਿਉਂ? ਯਜ਼ੀਦ ਦਾ ਦਰਬਾਰ ਹੈ, ਚੁੱਕੇ ਮੈਂ ਵੇਖ ਕੇ ਆ ਉਸ ਕਮੀਨੇ ਦਾ ਦਰਬਾਰ, ਤੇ ਉਹਨੇ ਇਮਾਮੇ ਜ਼ੈਨੁਲ ਆਬਦੀਨ ਕੋਲ ਪੁੱਛਿਆ, ਬਸ ਮੁੱਕ, ਤੇਰਾ ਨਾਂ ਕੀ ਹੈ? ਫਰਮਾਇਆ ਅਲੀ। ਬੋਲਿਆ ਨਹੀਂ ਯਾਰ, ਇਹ ਤੁਹਾਡੇ ਕੋਲ ਜਨਰੇਟਰ ਕੋਈ ਨਹੀਂ? ਤੇ ਲਾਈਟ ਬਾਲਣਾ ਯਾਰ, ਹਨੇਰੇ 'ਚ ਮੈਂ ਕੀ ਸੁਣਾਵਾਂਗਾ? ਮੁਰਸ਼ਦ ਸਈਦਾਂ ਵਾਸਤੇ ਲੱਗਾ ਪੜ੍ਹ, ਜ਼ੈਨੁਲ ਆਬਦੀਨ ਨੂੰ ਪੁੱਛਣ ਲੱਗਾ, ਬਸ ਮੁੱਕ, ਮਾ ਇਸਮੁੱਕ, ਤੇਰਾ ਨਾਂ ਕੀ ਹੈ? ਫਰਮਾਇਆ ਅਲੀ। ਉਹਨੇ ਕਿਹਾ, ਜਿਹੜੀ ਲਿਸਟ ਮੇਰੇ ਕੋਲ ਆਈ ਹੈ ਉਹਦੇ ਵਿੱਚ ਤੇ ਅਲੀ ਸ਼ਹੀਦ ਹੋ ਗਿਆ। ਫਰਮਾਇਆ, ਉਹ ਮੇਰਾ ਛੋਟਾ ਭਰਾ ਸੀ। ਖੁਦਾ ਦੇ ਵਾਸਤੇ ਇਲਮ ਸੁਣਨ ਵਾਲੇ ਬਹੁਤ, ਬਾਕੀ ਟੁੱਟ ਜਾਓ, ਉਹ ਮੇਰੇ ਤੋਂ ਨਿੱਕਾ ਸੀ, ਛੋਟਾ ਭਰਾ ਸੀ। ਫਰਮਾਇਆ, ਇੱਕ ਹੋਰ ਅਲੀ ਸ਼ਹੀਦ ਹੋਇਆ, ਫਰਮਾਇਆ ਉਹ ਵੀ ਮੇਰੇ ਤੋਂ ਨਿੱਕਾ ਸੀ। ਫਰਮਾਇਆ, ਉਹ ਵੀ ਅਲੀ, ਉਹ ਵੀ ਅਲੀ, ਤੂੰ ਵੀ ਅਲੀ, ਇਹ ਕੀ ਹੈ? ਕਿਆ ਤੁਹਾਡੇ ਅੱਬੇ ਕੋਲ ਨਾਵਾਂ ਦੀ ਕਮੀ ਸੀ? ਮੈਨੂੰ ਨਹੀਂ ਪਤਾ ਵੀ ਸੈਯਦ ਪੀਰੀ ਮਰੀ ਦੇ ਰੋਹ ਵਿੱਚ ਬਹਿਣਗੇ ਜਾਂ ਦਾਤ ਦੇਣਗੇ, ਨਾਵਾਂ ਦੀ ਕਮੀ ਸੀ? ਫਰਮਾਇਆ, ਇਹ ਗੱਲ ਯਜ਼ੀਦ ਮੈਂ ਆਪਣੇ ਅੱਬੇ ਕੋਲੋਂ ਵੀ ਪੁੱਛੀ, ਵੀ ਸਾਰਿਆਂ ਦੇ ਨਾਂ ਅਲੀ 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 ਕਿਉਂ? ਫਰਮਾਇਆ, ਪੁੱਤਰ ਅਗਰ 1000 ਵੀ ਹੁੰਦਾ ਤੇ ਅਲੀ 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 ਕਿਉਂ? ਫਰਮਾਇਆ, ਅਗਰ ਕਿਸੇ ਬਦਬਖਤ ਮੁਨਕਰ ਦੇ ਦਰਬਾਰ ਵਿੱਚ ਮੇਰੇ ਪੁੱਤਰ ਖੜੇ ਹੋਣ ਤੇ ਮਜਬੂਰ ਹੋ ਜਾਵੇ ਅਲੀ ਅਲੀ ਅਲੀ, ਤੈਨੂੰ ਸਮਝ ਨਹੀਂ ਆਈ ਮੈਂ ਸੁਣਾਉਣਾ ਕੀ ਹੈ? ਤਾਂ ਕਿ ਮੁਨਕਰ ਵੀ ਮਜਬੂਰ ਹੋਵੇ ਮੇਰੇ ਬੱਚਿਆਂ ਦਾ ਨਾਂ ਪੁਕਾਰਨ ਤੇ, ਤੂੰ ਕੌਣ ਹੈ ਅਲੀ, ਤੂੰ ਕੌਣ ਹੈ ਅਲੀ, ਤੂੰ ਕੌਣ? ਯਜ਼ੀਦ ਦੇ ਦਰਬਾਰ ਵਿੱਚ ਵੀ ਅਲੀ ਅਲੀ ਹੋ ਗਈ। ਅੱਜ ਇਹਨਾਂ ਦੀਆਂ ਬੂਥੀਆਂ ਬਣੀਆਂ ਨੇ, ਕਬਰ 'ਚ ਲਿੱਤਰ ਬੜੇ ਪੈਣੇ ਜੇ, ਇੱਥੇ ਮਨ ਆਜ ਲੈ ਉਨ ਕੀ ਪਨਾ, ਆਜ ਮਦਦ ਮਾਂਗ ਉਨ ਸੇ, ਕੱਲ ਨਾ ਮਾਨੇਗੇ ਕਿਆਮਤ ਮੇ ਅਗਰ ਮਾਨ ਗਿਆ। ਜੀ ਅੱਜ ਮੈਂ ਪੜ੍ਹਨਾ ਕੀ ਹੈ ਸੁਣ,
ਇਹ ਨਹੀਂ ਇੱਕ ਸਾਹੀਵਾਲ ਦੀ, ਇੱਕ ਲੁੱਡਣ ਦੀ ਅਤੇ ਇੱਕ ਬਿਆੜੀ ਦੀ, ਨਾ ਇੱਕ ਲਾਈਨ 'ਤੇ ਚੱਲਣਾ। ਕੀ ਪੜ੍ਹਨਾ ਹੈ? ਆਹ ਚਾਰ ਮੁਹੱਰਮ ਹੈ, ਚਾਰ ਹੀ ਹੈ ਨਾ ਜੀ, ਉਹ ਸਵੇਰੇ ਪੰਜ ਹੈ ਨਾ ਜੀ, ਚਾਰੇ ਨਾਲ। ਅੱਜ ਪਹਿਲੇ ਮੈਂ ਤੈਨੂੰ ਦੱਸਣਾ, ਰੱਬ ਨੇ ਤਿੰਨ ਸੌਦੇ ਕੀਤੇ ਨੇ ਕੁਰਾਨ 'ਚ, ਇੱਕ ਮੋਮਨ ਨਾਲ, ਇੱਕ ਅਲੀ ਨਾਲ, ਇੱਕ ਹੁਸੈਨ ਨਾਲ। ਬੋਲਿਆ ਨਹੀਂ ਤੂੰ ਯਾਰ, ਕਿੰਨੇ ਸੌਦੇ ਕੀਤੇ ਨੇ? ਤਿੰਨ, ਇੱਕ ਮੋਮਨ ਨਾਲ, ਇੱਕ ਅਲੀ ਨਾਲ, ਇੱਕ ਹੁਸੈਨ। ਕਰ ਫਿਰ ਵੀ ਅਲੀ ਦਾ, ਇੱਕ ਅਲੀ, ਇੱਕ ਅਲੀ ਦਾ ਪੁੱਤਰ ਅਤੇ ਦੂਜੇ ਅਲੀ ਦੇ ਮਵਾਲੀ। ਰੱਬ ਸੌਦਾ ਹੀ ਅਲੀ ਵਾਲਿਆਂ ਨਾਲ ਕਰਦਾ। ਉਹ ਥੋੜ੍ਹੇ ਜਿਹਾ ਬੋਲੋ, ਪਿਛਲੇ ਭਾਬੀ ਵੀ ਬੋਲੋ। ਇੱਕ ਵਾਰੀ ਦਰੂਦ ਪੜ੍ਹ ਨਬੀ ਜ਼ਾਤ 'ਤੇ, ਮੈਂ ਖੁਤਬਾ ਪੜ੍ਹ ਕੇ ਕੰਮ ਸ਼ੁਰੂ ਕਰਾਂ। ਬੋਲੋ, ਅਲਹਮਦੁਲਿਲਾਹ ਵਸਲਾਤ ਵਸਲਾਮ ਅਲਾ ਅਹਲਿਹਾ, ਅਮਾ ਬਾਦ, ਔਜ਼ ਬਿੱਲਾਹ ਮਿਨਸ਼ ਸ਼ੈਤਾਨਿਰ ਰਜੀਮ, ਬਿਸਮਿਲਲਾਹਿਰ ਰਹਿਮਾਨਿਰ ਰਹੀਮ। ਇਨਲਾ ਹਸ਼ਤਰਾ ਮਿਨਲ ਮੁਮਿਨੀਨਾ ਅਨਫੁਸਹੁਮ ਵਾ ਅਮਵਾਲਹੁਮ ਬਿਅੰਨਾ ਲਹੁਮੁਲ ਜੰਨਾ ਯੁਕਾਤਿਲੂਨਾ ਫੀ ਸਬੀਲਿਲਲਾਹ ਫਯਕਤੂਲੂਨਾ ਵਾ ਯੁਕਤਲੂਨ। ਬੋਲੋ ਤੇ ਸਹੀ। ਕਾਲ ਅੱਲਾ ਜੱਲਾ ਸ਼ਾਨ ਫੀ ਮਕਾਮੇ ਆਖਰ ਵਾ ਮਿਨਨ ਨਾਸ ਮੈ ਯਸ਼ਰੀ ਨਫਸਹੁ ਤਗਾ ਮਰਦਾਤ ਇਲਾ ਵੱਲਾ ਰਊਫੁਮ ਬਿਲ ਇਬਾ। ਕਾਲਾ ਕਾਲਾ ਜੱਲਾ ਸ਼ਾਨ ਫੀ ਮਕਾਮੇ ਆਖਰ ਯਾ ਤੁਹਨ ਨਫਸੁਲ ਮੁਤਮਾਇਨਾ। ਜਿਹੜੇ ਮੌਲਵੀ ਨੇ ਉਹਦੇ ਬੋਲੋ, ਇਰਜੇ ਜਿਹਨੂੰ ਰੱਬ ਬਾਜਾ ਮਾਰੇ ਵੀ ਆ ਜਾ ਉਸੇ ਹੁਸੈਨ ਕਹਤੇ। ਉਹ ਬੋਲੋ ਟੁੱਟਿਆ ਥਾਲਿਓ, ਜਿਹਨੂੰ ਰੱਬ ਕਵੇ ਆ ਜਾ, ਬੋਲੋ ਏ ਉਸੇ ਹੁਸੈਨ ਕਹਤੇ ਹੈ। ਨਹੀਂ ਮੈਂ ਅਜੇ ਖੁਤਬਾ ਮੁਕੰਮਲ ਨਹੀਂ ਕੀਤਾ, ਬਾਰਾਂ ਵਿੱਚ ਇਮਾਮ ਕਿੰਨੇ ਨੇ ਬੋਲੋ ਸਿਆਲ ਬੈਦ ਦੇ? ਬਾਰਾਂ, ਬਾਰਾਂ ਵਿੱਚੋਂ ਅਲੀ ਚਾਰ ਨੇ, ਅਲੀ ਮੁਰਤਜ਼ਾ ਇੱਕ, ਅਲੀ ਜ਼ੈਨੁਲ ਆਬਦੀਨ ਦੋ, ਅਲੀ ਨਕੀ ਤਿੰਨ ਅਤੇ ਅਲੀ ਰਜ਼ਾ ਚਾਰ। ਬਾਰਾਂ ਵਿੱਚ ਹਸਨ ਦੋ ਨੇ, ਹਸਨ ਮੁਇਤਬਾ ਇੱਕ, ਹਸਨ ਅਸਕਰੀ ਦੋ, ਬਾਰਾਂ ਵਿੱਚ ਵੀ ਹੁਸੈਨ ਇੱਕ ਏ। ਮੈਂ ਵੇਖਾਂ ਯਾ ਅੱਲਾ ਇਹਨਾਂ ਦੇ ਹੱਥ ਟੁੱਟ ਜਾਣ ਜਿਹੜਾ ਨਾ ਬੋਲੇ। ਉਹ ਜਿਹਦੀ ਆਪਣੇ ਘਰ ਵਿੱਚ ਮਿਸਲ ਨਹੀਂ। ਸਈਦਾ ਬੋਲੋ, ਜਾਇਆ ਨਾ ਕਰੋ ਮਹਿਫਲ, ਜਾ ਆਪਣੇ ਦਾਦੇ ਤੇ ਧਮਾਲ ਪਾਇਆ ਕਰੋ। ਜਿਹਦੀ ਆਪਣੇ ਘਰ ਵਿੱਚ ਮਿਸਲ ਨਹੀਂ, ਮੌਲਵੀਆਂ 'ਚ ਮਿਸਲ ਹੋਏਗੀ? ਜਿਹਦਾ ਜੋੜ ਆਪਣੇ ਘਰ ਵਿੱਚ, ਇੱਕ ਵਾਰੀ ਬੋਲ ਹੋਏ ਨਹੀਂ। ਕੁਝ ਖੂਬੀਆਂ ਹੁਸੈਨ 'ਚ ਇਹੋ ਜਿਹੀਆਂ ਨੇ ਜਿਹੜੀਆਂ ਸਿਰਫ ਮੇਰੇ ਮੌਲਾ 'ਚ। ਬਾਰਾਂ ਵਿੱਚੋਂ ਜੇ ਸਜਦੇ 'ਚ ਸਿਰ ਦਿੱਤਾ ਤਾਂ ਸਿਰਫ ਹੁਸੈਨ ਨੇ। ਬੋਲੋ ਬੋਲੋ ਬੋਲੋ, ਬਾਰਾਂ ਵਿੱਚੋਂ ਸਜਦੇ ਵਿੱਚ ਸਿਰ ਦਿੱਤਾ ਤਾਂ ਸਿਰਫ ਬੋਲਿਆ ਨਹੀਂ, ਜੇ ਬੋਲੋਗੇ ਤਾਂ ਅੱਗੇ ਚੱਲਣਾ, ਬਾਕੀ ਕਿਸੇ ਨੇ ਨਹੀਂ। ਬਾਰਾਂ ਵਿੱਚੋਂ ਸਾਰੇ ਕਾਰੀ ਨੇ, ਪਰ ਜੇ ਨੇਜ਼ੇ 'ਤੇ ਚੜ ਕੇ ਕਿਸੇ ਸੁਣਾਇਆ ਤਾਂ ਸਿਰਫ ਹੁਸੈਨ ਨੇ। ਬੋਲੋਗੇ ਥੋੜ੍ਹਾ ਜਿਹਾ ਤਾਂ ਬੋਲ ਬੋਲ ਬੋਲ। ਜੇ ਸਜਦੇ ਹੀ ਸਿਰ ਦਿੱਤਾ ਤਾਂ ਸਿਰਫ ਹੁਸੈਨ, ਜੇ ਨੇਜ਼ੇ 'ਤੇ ਚੜ ਕੇ ਪੜ੍ਹਿਆ ਤਾਂ ਸਿਰਫ ਹੁਸੈਨ। ਸਾਰਿਆਂ ਦੇ ਸ਼ਹਿਰ ਬਰਕਤ ਵਾਲੇ ਨੇ, ਸਾਰਿਆਂ ਦੇ ਬਰਕਤ ਵਾਲੇ ਨੇ। ਜਾਂ ਮਦੀਨੇ ਦੀ ਮਿੱਟੀ 'ਚ ਸ਼ਫਾ ਹੈ, ਜਾਂ ਕਰਬਲਾ ਦੀ ਮਿੱਟੀ ਸ਼ਫਾ ਹੈ। ਬੋਲੋ ਬੋਲ ਬੋਲ ਬੋਲ। ਜਾਂ ਮਦੀਨੇ ਦੀ ਮਿੱਟੀ ਸ਼ਫਾ, ਇਲਮ ਸੁਣਿਆ ਕਰੋ, ਜਾਂ ਕਰਬਲਾ ਦੀ ਮਿੱਟੀ 'ਚ ਸ਼ਫਾ। ਏ ਮੈਂ ਗਿਆ ਸ਼ਾਹ ਜੀ, ਕੋਈ ਪੈਸਿਆਂ ਦੀ ਲੋੜ ਹੈ? ਹਾਂ ਜੀ, ਜੋ ਫਲਾਣੇ ਮਿਲ ਆਨਰ ਕੋਲ ਜੋ, ਮੈਂ ਚਲਾ ਗਿਆ। ਮੁੜ ਕੇ ਆਇਆ, ਸੌ ਸ਼ਾਹ ਜੀ ਉਹਨੇ ਕੀਤਾ? ਉਹਨੇ ਖਾਕ ਦੇਣੀ ਸੀ।
ਤੂੰ ਮੇਰੇ ਜੁਮਲੇ ਤੇ ਬੋਲਿਆ ਨਾ ਤੇ ਮੈਂ ਚੁੱਕ ਕੇ ਬਾਹਰ ਛੱਡ ਆਉਣਾ। ਜੇ ਸੁਣ ਕੇ ਜੇ ਇਹ ਉਹਨੇ ਕੋਈ ਮੈਨੂੰ ਖਾਕ ਦੇ ਨਹੀਂ ਸੀ, ਹੁਸੈਨ ਖਾਕ ਵੀ ਦੇਵੇ ਤੇ ਵਿੱਚ ਸ਼ਫਾ ਦੇ। ਅੱਜ ਦੀ ਖਾਕ ਚ ਵੀ ਸ਼ਫਾ ਹੈ। ਇਹ ਜਿੱਥੇ ਪੈਰ ਲਾ ਦੇ ਇਹ ਉਲਾ ਦੇ ਨਾ ਰਸੂਲ ਦੀ, ਨਬੀ ਨੇ ਮੱਕੇ ਕਦਮ ਲਾਇਆ ਤੇ ਮੁਅਜ਼ਮਾ, ਮਦੀਨੇ ਲਾਇਆ ਤੇ ਮੁਨਵਰਾ। ਹੁਣ ਇਹ ਵੇਖ ਜਿਹੜੇ ਨਬੀ ਦੇ ਵਿੱਚੋਂ ਨੇ, ਇਹ ਨਜਫ ਜਾਨ ਤੇ ਅਸ਼ਰਫ, ਇਹ ਮਸ਼ਹਦ ਜਾਨ ਤੇ ਮੁਕੱਦਸ, ਇਹ ਕਾਜ਼ਮੈਨ ਜਾਨ ਤੇ ਸ਼ਰੀਫ ਹੈ, ਤੇ ਜੇ ਕਰਬਲਾ ਜਾਨ ਜਾਂ ਅਰਸ਼ ਮੁਅੱਲਾ ਜਾਂ ਕਰਬਲਾ ਮੁਅੱਲਾ, ਜਿਹਨੂੰ ਸਮਝ ਆਉਂਦੀ ਬੋਲਦੇ ਜੋ ਬਾਕੀ ਸਮਝ ਆ ਕੇ। ਜਾਂ ਅਰਸ਼ ਮੁਅੱਲਾ ਉੱਚੀ ਬੋਲ ਓਏ, ਔਰ ਜਿਹਨੂੰ ਚਾਸ ਆਈਏ ਜਾਂ ਅਰਸ਼ ਮੁਅੱਲਾ ਜਾਂ ਕਰਬ, ਜਿਹੜਾ ਕਰਬਲਾ ਨੂੰ ਮੁਅੱਲਾ ਕਰਦਾ ਨਾ ਉਸੇ ਹੁਸੈਨ ਕਹਿੰਦੇ। ਬੋਲੇ ਨਹੀਂ ਜੀ ਤੇ ਮੈਂ ਉਸ ਐਤ ਦਾ ਤਰਜਮਾ ਹੀ ਨਹੀਂ ਕੀਤਾ, ਲੇਕਿਨ ਇੱਕ ਗੱਲ ਤੈਨੂੰ ਸੁਣਾਉਣ ਲੱਗਾ। ਖੁਦਾ ਦੀ ਕਸਮੇ ਜਦੋਂ ਮੈਂ ਪੜ੍ਹਿਆ ਮੈਂ ਖੁਦ ਹੀ ਵਜਰ ਚ ਆ ਗਿਆ। ਇੱਕ ਆਸ਼ਿਕ ਗਿਆ ਹੁਸੈਨ ਦੇ ਮਜ਼ਾਰ ਤੇ, ਤੇ ਹੁਣ ਮੈਂ ਵੇਖਣਾ ਵੀ ਤੂੰ ਕੀ ਕਰਦਾ। ਮੁਰਸ਼ਦ ਉਹਨੇ ਤਿੰਨ ਸਲਾਮ ਕੀਤੇ ਨੇ ਹੁਸੈਨ ਨੂੰ, ਜੇ ਤੂੰ ਬਰਦਾਸ਼ਤ ਕਰੇ ਤੇ ਤਿੰਨੇ ਬਣਾ। ਜੇ ਅੱਗੇ ਸੁਣੀਆਂ ਨੇ ਗੱਲਾਂ ਤੇ ਖੜੇ ਹੋ ਕੇ ਕੋਈ ਨਾ ਟਾਈਮ ਜ਼ਾਇਆ ਕਰਨ ਡਿਆ। ਤਵੱਜੋ, ਪਹਿਲਾ ਸਲਾਮ ਉੱਠ ਕੇ ਦਾਤ ਦੇਈ ਹੋਏ, ਉੱਠ ਕੇ ਫਿਰਕੀ ਵਾਂਗੂ ਉੱਠੀ, ਕਹਿੰਦਾ ਅਸਲਾਮ ਅਲੈ ਯਾ ਤਬੀਬ ਅਲ ਇਸਯਾਨ, ਉਹ ਗੁਨਾਹਗਾਰਾਂ ਦੇ ਡਾਕਟਰ ਮੇਰਾ ਸਲਾਮ ਹੋਵੇ। ਆ ਜੇ ਲੰਮੇ ਪਏ ਹੋ ਕੀ ਗੱਲ, ਮੁਨ ਕਰੋ ਹੁਸੈਨ ਦੇ, ਉਹ ਗੁਨਾਹਗਾਰਾਂ ਦੇ ਡਾਕਟਰ। ਹਾਏ 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 ਹਾਏ, ਜਿਹੜਾ ਗੁਨਾਹਗਾਰਾਂ ਦਾ ਤਬੀਬ ਬਣ ਕੇ ਦੁਨੀਆ ਚ ਆਇਆ ਉਸੇ ਹੁਸੈਨ ਕਹਤੇ। ਮੇਰਾ ਖਿਆਲ ਮੈਂ ਗਲਤ ਕਰਕੇ ਸ਼ੁਰੂ ਕਰਤਾ, ਤੂੰ ਇਲਮ ਸੁਣਨ ਵਾਲਾ ਹੀ ਨਹੀਂ ਨਾ। ਇਹ ਗੁਨਾਹਗਾਰਾਂ ਦੇ ਡਾਕਟਰ, ਆਏ ਹਾਏ ਸਵਾਦ ਲੈ ਹੋਏ, ਉਹ ਗੁਨਾਹਗਾਰਾਂ ਦੇ ਡਾਕਟਰ। ਡਾਕਟਰ ਕੋਲ ਜਾਣਾ ਨਾ ਸ਼ਫਾ ਲੈਣ ਲਈ, ਹੈਂ, ਤੇ ਹੁਸੈਨ ਇਹ ਗੁਨਾਹਗਾਰਾਂ ਦਾ ਤਬੀਬ, ਇਹ ਗੁਨਾਹਗਾਰਾਂ ਦੇ ਤਬੀਬ। ਮੇਰਾ ਸਲਾਮ ਹੋਵੇ ਜਦੋਂ ਆਇਆ ਨਾ ਜ਼ਮੀਨ ਤੇ ਇੱਕ ਅਸਮਾਨੀ ਮੁਜਰਮ ਨੂੰ ਸ਼ਫਾ ਦਿੱਤੀ ਲੈ ਕੇ, ਓਏ ਹੋਏ ਹੋਏ, ਜਿਹਨੂੰ ਫੁਤਰਸ ਆਉਂਦੇ ਨੇ, ਤੇ ਜਦੋਂ ਗਿਆ ਤੇ ਇੱਕ ਯਜ਼ੀਦੀ ਮੁਜਰਮ ਨੂੰ ਸ਼ਫਾ ਦਿੱਤੀ ਜਿਹਨੂੰ ਹੋਰ ਆਉਂਦੇ ਨੇ। ਜਿਹਦੀ ਸਮਝ ਆਵੇ ਉਹ ਤੇ ਬੋਲੋ ਏ। ਉਹ ਮੈਂ ਕਹਾਣੀਆਂ ਪੜਾਂਗਾ, ਲੇਕਿਨ ਮੈਨੂੰ ਆਪਣੇ ਆਪ ਨੂੰ ਸੁਣਾਉਂਦਾ, ਖੁਦਾ ਦਾ ਵਾਸਤਾ ਜੀ ਇਲਮ ਸੁਣਿਆ ਕਰੋ। ਜਦੋਂ ਆਇਆ ਇੱਕ ਅਸਮਾਨੀ ਮੁਜਰਮ ਆਇਆ ਹੈ, ਅੱਲਾ ਨੇ ਫਰਮਾਇਆ ਜਬਰੀਲ, ਮੈਂ ਪਹਿਲੇ ਨਬੀਆਂ ਨੂੰ ਹੀ ਪੁੱਤਰ ਦਿੱਤੇ ਨੀ, ਪਹਿਲੇ ਨਬੀਆਂ ਨੂੰ ਵੀ ਪੁੱਤਰ ਦਿੱਤੇ ਨਹੀਂ, ਲੇਕਿਨ ਸਾਰਿਆਂ ਨੂੰ ਮੈਂ ਬਸ਼ਾਰਤਾਂ ਦਿੰਦਾ ਰਿਹਾ, ਕਿਸੇ ਨੂੰ ਮੁਬਾਰਕ ਨਹੀਂ ਦਿੱਤੀ। ਅੱਜ ਜ਼ਹਰਾ ਦੇ ਵੇੜੇ ਹੁਸੈਨ ਆਇਆ, ਲੱਖ ਫਰਿਸ਼ਤਾ ਨਾਲ ਲੈ ਜਾਓ, ਮੇਰੇ ਯਾਰ ਦੇ ਪੈਰ ਚੁੰਮ ਕੇ ਕਹਿ ਅੱਲਾ ਪਿਆ ਲਈ ਬਸ਼ਾਰਤ ਵੀ ਆ ਮੁਬਾਰਕ ਵੀ ਆ। ਬਸ ਇਹ ਮੁਰਸ਼ਦ ਇੱਕ ਪੱਖਾਂ 'ਚ ਚੱਲੇ, ਤੂੰ ਕਰਦਾ ਇੰਜੀ, ਮੈਨੂੰ ਨਹੀਂ ਪਤਾ ਤੂੰ ਸੋਵੇਂਗਾ ਕਿ ਸਵਾਦ ਲੈਂਗਾ। ਪੱਖਾ ਚੱਲਦਾ ਹੋਵੇ ਤੇ ਜਿੱਥੇ 125,000 ਫਰਿਸ਼ਤਾ ਜਿਹਨੂੰ ਚਾਸਾਈਆ ਬੋਲੇਗਾ, ਉਹ ਇੱਕ ਪੱਖਾ ਅੰਜ ਕਰੇ ਤੇ ਛਾਂ ਤੇ ਜਿੱਥੇ 125,000 ਇਹ ਪ੍ਰਵਾਸ ਪੈ ਕਰਦੇ ਨੇ, ਇੱਕ ਵਾਦੀ ਕੋਲੋਂ ਗੁਜ਼ਰੇ, ਵਾਦੀ ਵਿੱਚ ਇੱਕ ਫਰਿਸ਼ਤਾ ਜਿਹਦਾ ਨਾਂ ਹੈ ਫੁਤਰਸ, 600,000 ਸਾਲ ਹੋ ਗਏ ਨੇ ਇਹਨੂੰ, ਅੱਲਾ ਨਾਰਾਜ਼ ਹੈ, ਇਹਦੇ ਪਰ ਟੁੱਟੇ ਨੇ ਤੇ ਵਾਦੀ 'ਚ ਡਿੱਗਿਆ ਪਿਆ।
ਹੁਣ ਜਬਰੀਲ ਦੀ ਸੋਹਰੇ ਸੁਬੂ ਹੁਣ ਕੁਦੂਸਨ ਰੱਬੋਨਾ ਵ ਰੱਬੁਲ ਮਲਾਇਕਾ, ਇਹਨੇ ਆਵਾਜ਼ ਪਛਾਣ ਲਈ, ਜਿਵੇਂ ਤਾਂ ਪਛਾਣਦੇ ਹੁਣ ਪਿਆਸੀ ਸਾਹਿਬ ਬੋਲਦੇ ਨੇ ਜਾਂ ਨਜ਼ਮ ਸਾਹਿਬ ਬੋਲ ਰਿਹਾ, ਇਵੇਂ ਇਹਨੇ ਸੁਝਾਣ ਲਈ ਵੀ ਸਾਡਾ ਸਰਦਾਰ ਹੈ। ਵਿੱਚੋਂ ਸੱਦ ਮਾਰ ਕੇ ਕਹਿੰਦਾ ਅਦਰਕਨੀਆ ਸੈਯਦਲ ਮਲਾਇਕਾ, ਜੇ ਗੈਰ ਕੋਲੋਂ ਮਦਦ ਮੰਗਣੀ ਸ਼ਿਰਕ ਹੁੰਦੀ ਨਾ ਤਾਂ ਫਰਿਸ਼ਤਾ ਕਦੀ ਵੀ ਨਾ ਕਹਿੰਦਾ ਮੇਰੀ ਰੱਬ ਵਾਸਤੇ ਮਦਦ ਕਰੀ, ਉਹ ਫਰਿਸ਼ਤਿਆਂ ਦੇ ਸਰਦਾਰ ਜਾਏ ਨੇ ਕਿ ਅਦਰਕਨੀਆ ਸੈਯਦਲ ਮਲਾਇਕਾ, ਇਹ ਫਰਿਸ਼ਤਿਆਂ ਦੇ ਸਰਦਾਰ ਮੇਰੀ ਮਦਦ ਕਰ, ਮੇਰੇ ਵੱਲ ਵੇਖੋ ਜੀ, ਮੇਰੇ ਵੱਲ ਅੰਤ ਫੁਤਰਸ ਫੁਤਰਸ ਹੈ ਜੀ, ਇੱਥੇ ਕੀ ਕਰਨਾ? ਉਹਨੇ ਕਿਹਾ 6 ਲੱਖ ਸਾਲ ਹੋ ਗਏ ਨੇ ਜਾਂ 6000 ਸਾਲ ਇੱਥੇ ਬੈਠਾ, ਅਲ ਗਿਆਸ ਅਲ ਗਿਆਸ ਅਲ ਗਿਆਸ, ਬੜੇ ਆਏ ਨੇ ਪਰ ਮੇਰੀ ਕਿਸੇ ਮਦਦ ਨਹੀਂ ਕੀਤੀ, ਹਾਏ ਹਾਏ ਹਾਏ, ਬੜੇ ਆਏ ਨੇ ਪਰ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ, ਰੱਬ ਨਾਰਾਜ਼ ਹੈ ਮੇਰੇ ਪਰ ਖੋ ਲੈ ਨੇ, ਨਾ ਉਹ ਮਾਫੀ ਦਿੰਦਾ ਨਾ ਪਰ ਮਿਲਦੇ ਨੇ, ਆਦਮ ਤੋਂ ਲੱਗ ਕੇ ਈਸਾ ਤੱਕ ਸਾਰੇ ਆਏ ਨੇ, ਹੁਣ ਤੂੰ ਦੱਸ ਕਿੱਥੇ ਜਾ ਰਿਹਾ? ਜਬਰੀਲ ਮੁਸਕਰਾ ਕੇ ਕਹਿਣ ਲੱਗੇ ਅੱਜ ਜ਼ਹਰਾ ਦੇ ਵਿਹੜੇ 'ਚ, ਫਤਵੇ ਬਾਅਦ 'ਚ ਨਹੀਂ, ਮੈਨੂੰ ਤਾਂ ਟੈਨਸ਼ਨ ਹੀ ਨਹੀਂ, ਤੂੰ ਸੱਦ ਨਾ ਸੱਦ, ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ, ਅੱਜ ਜ਼ਹਰਾ ਦੇ ਵਿਹੜੇ 'ਚ ਪੰਜ ਤਨ ਦਾ ਪੰਜਵਾਂ ਫੁੱਲ ਆ ਰਿਹਾ, ਉਹ ਮੈਂ ਮੁਬਾਰਕ ਦੇਣ ਜਾ ਰਿਹਾ, ਅਤੇ ਇੰਨੇ ਫਰਿਸ਼ਤੇ ਉਹਨੇ ਕਿਹਾ ਨਾਲ ਜਾ ਰਹੇ ਨੇ ਵਧਾਈ ਦੇਣ, ਜਬਰੀਲ ਆਉਂਦਾ ਓਏ ਜਾਣੇ ਨਾਲ, ਉਹ ਆਉਂਦਾ ਮੇਰੇ ਤਾਂ ਪੱਟ ਟੁੱਟੇ ਨੇ, ਉੱਥੇ ਕੀ ਹੈ? ਉਹਨੇ ਕਿਹਾ ਜੇ ਉੱਥੇ ਹਾਂ ਹੋ ਗਈ ਤਾਂ ਉਹਦੀ ਨਾਂ ਵੀ ਹਾਂ 'ਚ ਬਦਲ, ਜੇ ਉੱਥੇ ਆ ਹੋ ਗਈ ਚੱਸ ਨਹੀਂ ਤੇ ਉਹਦੀ ਨਾਂ ਵੀ ਆ 'ਚ ਬਦਲ ਜਾਏਗੀ, ਆਓ ਫੁਤਰਤ ਮੇਰੇ ਪਰ ਤੇ ਬਹੁ, ਤੈਨੂੰ ਮੁਸਤਫਾ ਦੇ ਦਰਵਾਜ਼ੇ 'ਤੇ ਲੈ ਚੱਲਾਂ, ਜੇ ਸਮਝ ਆਉਂਦੀ ਤਾਂ ਬੋਲੋ, ਨਹੀਂ ਤਾਂ ਮੈਂ ਅਬਦੁਲ ਅਮੀਰ ਚਿਸ਼ਤੀ ਵਾਂਗੂ ਛੱਡ ਕੇ ਟੁੱਟ ਜਾ, ਆ ਮੇਰੇ ਪਰ, ਮੁਫਤੀ ਸਭ ਟੁੱਟ ਗਏ, ਤੁਸੀਂ ਮੁਫਤੀ ਹੋ ਚਲੇ ਗਏ, ਆਪਣੀ ਕਿਸਮਤ ਇਹੋ ਜਿਹੀ, ਆਪਾਂ ਨੂੰ ਨਹੀਂ ਸੁਣਦੇ, ਸੁਣ ਗੌਰ ਦੇ ਨਾਲ, ਇਹ ਪਰ ਤੇ ਬਹਿ ਗਿਆ, ਪਰਵਾਜ਼ ਕੀਤੀ ਜਬਰੀਲ, ਹੁਣ ਚੱਸ ਲੈ ਤੁਹਾਡੇ 'ਚੋਂ ਜਿੰਨਾ ਜਹਾਜ਼ 'ਤੇ ਸਫ਼ਰ ਕੀਤਾ ਰਾਤ ਖੜ੍ਹੇ ਕਰੋ, ਜਿਸ ਵੇਲੇ ਜਹਾਜ਼ ਉਤਰ ਲੱਗਦਾ ਨਾ ਤਾਂ ਉਹ ਕੀ ਕਹਿੰਦੇ ਨੇ, ਲੇਡੀਜ਼ ਐਂਡ ਜੈਂਟਲਮੈਨ ਫਾਸਨ ਯੂਅਰ ਸੀਟ ਬੈਲਟਸ, ਉਹ ਖਾਤੀਨ ਉਹ ਹਜ਼ਰਾਤ ਆਪਣੀਆਂ ਆਪਣੀਆਂ ਪੇਟੀਆਂ ਬੰਨ ਲਓ, ਮੈਂ ਕਿਆਮਤ ਦਾ ਫਿਕਰਾ ਲੱਗਾ, ਵੀ ਆਰ ਜਸਟ ਲੈਂਡਿੰਗ ਔਨ ਇੰਟਰਨੈਸ਼ਨਲ ਏਅਰਪੋਰਟ ਜੱਦਾ, ਅਸੀਂ ਇੰਟਰਨੈਸ਼ਨਲ ਹਵਾਈ ਅੱਡੇ ਜੱਦੇ 'ਤੇ ਉਤਰਨ ਵਾਲੇ ਆ, ਇਹ ਫਰਿਸ਼ਤੇ ਟੁੱਟ ਰਹੇ ਨੇ, ਜਾਂ ਸਾਹਰਾ ਦਾ ਆਇਆ ਨਾ ਸੇਨ, ਤੂੰ ਉੱਠ ਕੇ ਦੱਸ, ਉਹਨੇ ਕਿਹਾ ਓਏ ਫਰਿਸ਼ਤਿਓ, ਓਏ ਅਦਬ ਦੀਆਂ ਪੇਟੀਆਂ ਬੰਨ ਲਓ, ਅੱਖਾਂ ਬੰਦ ਕਰ ਲਓ, ਸਾਹਰਾ ਦਾ ਸੇਨ ਆ ਗਿਆ, ਤੇਰੀ ਮਾਂ ਪੜ੍ਹਨੇ ਆ, ਮਾਂ ਤੇਰੀ, ਅੱਖਾਂ ਬੰਦ ਕਰ ਲਓ, ਓਏ ਚੱਸ ਲੈ, ਓਏ ਅੱਖਾਂ ਬੰਦ ਕਰ ਲਓ, ਉਹ ਸਿਰ ਝੁਕਾ ਲਓ, ਅਦਬ ਦੀਆਂ ਪੇਟੀਆਂ ਬੰਨ ਲਓ, ਵੀ ਆਰ ਜਸਟ ਲੈਂਡਿੰਗ ਆਏ ਇਨ ਮਦੀਨਾ ਮਨਵਰਾ, ਮਦੀਨਾ ਆ ਗਿਆ ਜੇ, ਜ਼ਹਰਾ ਦਾ ਸੇਨ ਕਰੀਬ, ਇਸੇ ਫਾਤਮਾ ਕਹਤੇ, ਕੁਛ ਸਵਾਦ ਆ ਗਿਆ, ਜਾਏ ਆਏ ਨੇ ਮਦੀਨੇ, ਉਤਰੇ ਥੱਲੇ, ਉਤਰ ਕੇ ਨਾ, ਅਤੇ ਜਬਰੀਲ ਦਾ ਆਪਣਾ ਕੰਮ ਸੀ ਸਾਈਆਂ ਦੇ ਬੂਹੇ ਥੱਲੇ ਆਉਣਾ, ਹੁਸੈਨ ਦਾ ਝੂਲਾ ਸਾਹਮਣੇ, ਮਸਜਿਦ ਨਬੀ ਆ, ਨਬੀ ਬੈਠੇ ਨਹੀਂ, ਸਵਾਬਾਂ ਮਾਰ ਕੇ ਅਸੀਂ ਚੱਲੇ ਅੰਦਰ, ਅੱਗੋਂ ਤੇਰੇ ਭਾਗ, ਅੰਦਰ ਆਇਆ ਜਬਰੀਲ, ਇਹਨੇ ਆ ਕੇ ਸਲਾਮ ਦਿੱਤਾ, ਨਾਲੇ ਮੁਬਾਰਕ ਦਿੱਤੀ ਹੈ ਬਸ਼ਾਰਤ, ਅਤੇ ਫਰਿਸ਼ਤੇ ਬੰਦ ਇੱਕ ਪਾਸੇ ਹੋਵੋ, ਲੱਜ ਪਾਲਾਂ ਦੀ ਨਜ਼ਰ ਪਵੇ ਉਹਦੇ 'ਤੇ, ਮੇਰੇ ਨਬੀ ਦੀ ਪਈ ਨਜ਼ਰ, ਵੇਖ ਅੰਤ ਫੁਤਰਸ ਫੁਤਰਸ ਹੈ,
ਜੀ ਕਮਲੀ ਵਾਲਿਓ, ਓਏ ਕਿਵੇਂ ਆਏ? ਇਹ ਕਮਲੀ ਵਾਲਿਆ 6000 ਵਰਾ ਗੁਜ਼ਰ ਗਿਓ, ਮੈਂ ਜੰਗਲਾਂ ਦੇ ਬੀਆਬਾਨਾਂ 'ਚ ਖੂਹਾਂ 'ਚ ਪਿਆ, ਮੇਰੀ ਕਿਸੇ ਫਰਿਆਦ ਸੁਣੀ ਨਹੀਂ, ਪਰ ਟੁੱਟ ਗਏ। ਮੇਰੇ ਨਬੀ ਨੇ ਕਿਹਾ ਤਾਲ ਅੱਗੇ ਆ। ਕਹਿੰਦਾ ਜੀ ਆਉਣ ਜੋਗਾ ਹੁੰਦਾ ਤੇ ਜਬਰੀਲ ਦੇ ਪਰ ਤੇ ਕਿਉਂ ਚੜਦਾ? ਆਏ ਹਾਏ, ਜੇ ਆਉਣ ਜੋਗਾ ਹੁੰਦਾ ਜਬਰੀਲ ਦੇ ਪਰ ਤੇ ਕਿਉਂ ਚੜਦਾ? ਫਰਮਾਇਆ ਜਬਰੀਲ ਨੇ ਲੈ ਕੇ ਆ, ਜਾ ਆਇਆ ਕਰੀਬ ਕਿਆਮਤ ਫਿਕਰਾ, ਜਾ ਆਇਆ ਕਰੀਬ। ਮੇਰੇ ਨਬੀ ਨੇ ਫਰਮਾਇਆ ਫੁਤਰਸ ਤੇਰੇ ਪਰ ਟੁੱਟੇ ਜੀ, ਹੁਸੈਨ ਸੌਂ ਰਿਹਾ, ਬੇਰਾਮ ਨਹੀਂ ਕਰਨਾ, ਇਹਦੇ ਝੂਲੇ ਨਾਲ ਮੋਢਾ ਲਾ। ਓਏ ਹੋਏ 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 ਹੋਏ, ਸੁਨੀਆਂ ਤੇਰਾ ਅਕੀਦੇ ਨੂੰ ਮੈਂ ਲੱਗਾ ਸੀਮਿੰਟ ਲਾਣ, ਇਹਦੇ ਝੂਲੇ ਨਾਲ ਲਾ ਮੋਢਾ, ਜਾ ਮੋਢਾ ਲਾ, ਪਰ ਨਿਕਲ ਹੈ। ਸ਼ਫਾ ਖਾਨਾ ਹੁਸੈਨੀ ਕਾ ਪਹਿਲਾ ਮਰੀਜ਼, ਜਿਸ ਝੂਲੇ ਵਿੱਚ ਦਿਓਬੰਦੀਓ ਤੇ ਵਾਬੀਓ, ਜਿਹੜੇ ਝੂਲੇ 'ਚ ਹੁਸੈਨ ਸੌਂ ਜਾਏ, ਉੱਥੋਂ ਫਰਿਸ਼ਤੇ ਨੂੰ ਚੁੰਮਿਆ ਕੁਝ ਲੱਭ ਜਾਂਦਾ। ਜੇ ਅਸੀਂ ਜਾਲੀ ਚੁੰਮ ਲਈਏ ਜਿੱਥੇ ਮੁਹੰਮਦ ਅਰਬੀ ਸੁੱਤੇ ਨੇ। ਕਹਿਣ ਲੱਗਾ ਕਰੀਬ ਆ, ਜ਼ਰਾ ਨਾਲ ਮੋਢਾ ਲਾ, ਜਾਨ ਆਇਆ ਪਰ ਨਿਕਲ ਆਏ, ਕਰਕੇ ਉੱਡਿਆ, ਫਿਰ ਵਾਪਸ ਆਇਆ। ਕਹਿੰਦਾ ਕਮਲੀ ਵਾਲਿਆ, ਉਹ ਆ ਕਿਉਂ ਗਿਆ? ਉਹਨੇ ਕਿਹਾ ਜੀ ਮੈਂ ਸਾਂ 1000 ਫਰਿਸ਼ਤੇ ਦਾ ਸਰਦਾਰ, ਅਤੇ ਮੈਂ ਹੁਣ ਵਾਪਸ ਜਾਵਾਂਗਾ, ਮੇਰੀ ਸਰਦਾਰੀ ਤਾਂ ਖੁਸ ਗਈ ਹੋਣੀ ਹੈ, ਅਤੇ ਸ਼ਰਮਿੰਦਾ ਹੁੰਦਾ ਵਾਪਸ ਆ ਗਿਆ। ਫਿਰ ਮੈਂ ਜਾ, ਹੋਏ ਜਿਹਨੂੰ ਮੇਰਾ ਹੁਸੈਨ ਮਾਫ਼ੀ ਲੈ ਕੇ ਦੇ ਦਿਆ ਨਾ, ਉਹਦੀ ਰੱਬ ਕੁਰਸੀ ਖਾਂਦਾ ਨਹੀਂ। ਮੈਂ ਨਾ ਜਦੋਂ ਦੁਨੀਆਂ 'ਚ ਆਇਆ, ਇੱਕ ਮੁਜਰਮ ਨੂੰ ਸ਼ਬਾ ਬਖਸ਼ੀ ਹੈ, ਕੀ ਨਾਂ ਹੈ? ਫੁਤਰਸ। ਜਦੋਂ ਗਿਆ ਤੇ ਹੋਰ ਆਹਾ, ਹੋਰ ਨੂੰ ਤੇ ਜਾਣਨਾ, ਇਸੇ ਹੁਸੈਨ ਕਹਿੰਦੇ, ਇਸੇ ਇਹ ਗੁਨਾਹਗਾਰਾਂ ਦੇ ਡਾਕਟਰ, ਮੇਰਾ ਸਲਾਮ। ਮੈਂ ਸਾਦਾ ਪੜਾਂਗਾ, ਲੇਕਿਨ 2-4 ਮਿੰਟ ਮੈਨੂੰ ਆਪਣੇ ਆਪ ਨੂੰ ਸਲਾਮ ਦੇ, ਅਸਲਾਮ ਵਾਲੇ ਜਾਂ ਜਾਬਿਰ ਅਲ ਹਰਮਾਨ, ਉਹ ਤਕਦੀਰ ਦੀ ਟੁੱਟੀ ਹੱਡੀ ਜੋੜਨ ਵਾਲਿਆ। ਓਏ ਹੋਏ ਹੋਏ ਹੋਏ, ਪਤਾ ਨਹੀਂ ਕੁਛ ਸਮਝੇਗਾ, ਤਕਦੀਰ ਦੀ ਸਜਦਾ, ਤਕਦੀਰ ਦੀ ਟੁੱਟੀ ਹੋਈ ਹੱਡੀ ਜੋੜਨ ਵਾਲਿਆ, ਮੇਰਾ ਸਲਾਮ ਹੋਵੇ। ਔਰ ਆਖਰੀ ਫਿਕਰਾ ਹੀ, ਖੁਦਾ ਦੀ ਕਸਮਤ, ਤੈਨੂੰ ਰੱਬ ਦਾ ਵਾਸਤੇ 14 ਵਾਲਿਆ, ਨਾ 14 ਰੱਖੀ ਤੇ ਬੋਲਦਾ ਨਹੀਂ। ਫਰਮਾ ਅਸਲਾਮ ਵਾਲਿਕ ਜਾਂ ਮੁਰੱਖੇ ਸਲ ਜਿਨਾਨ, ਉਹ ਜੰਨਤ ਸਸਤੀ ਕਰ ਦੇਣ ਵਾਲਿਆ, ਮੇਰਾ ਸਲਾਮ ਹੋ। ਜਿਹਨੇ ਇੱਕ ਆਂਸੂ ਦੇ ਬਦਲੇ ਜੰਨਤ ਦਿੱਤੀ ਹੈ ਨਾ, ਉਸੇ ਹੁਸੈਨ ਕਹਤੇ। ਉਹ ਬੋਲੋ ਇੱਕ ਮਿੰਟ, ਉਸੇ ਹੁਸੈਨ ਕਹਤੇ ਹੈ। ਮੈਂ ਪੜ੍ਹ ਰਿਹਾ ਸੀ ਇਨ ਅੱਲਾ ਹਸ਼ਤਰਾ, ਮੈਂ ਪੜ੍ਹਨਾ ਕੀ ਹੈ, ਪਹਿਲਾਂ ਤਾਂ 300 ਪੜ੍ਹਨੇ ਹੋ ਗਏ, ਫਿਰ ਮੈਂ 4-2 ਨੂੰ ਸੈਯਦ ਕਰਬਲਾ ਪਹੁੰਚੇ ਨੇ, 7 ਮੰਜ਼ਲਾਂ ਕਰਬਲਾ ਤੋਂ ਪਹਿਲੇ ਨੇ ਜਿਹੜਾ ਟੁਰ ਕੇ ਗਏ ਨੇ, 19 ਬਾਅਦ ਵਿੱਚ ਨੇ ਜਦੋਂ ਦਮਿਸ਼ਕ ਗਏ ਨੇ, ਪਹਿਲੀਆਂ 7 ਪਹਿਲੀਆਂ ਵੱਧ ਮੰਜ਼ਲੇ ਤਨਈਮ, ਤਨਈਮ ਮੰਜ਼ਲੇ ਸਫਾ, ਮੰਜ਼ਲੇ ਸਫਾ ਕਿੰਨੀਆਂ ਹੋ ਗਈਆਂ? 2 ਬੋਲੋ, ਮੰਜ਼ਲੇ ਸਾਲ ਵੀ ਆ, 3 ਵਾਦੀਏ ਹਾਜ਼ਰ, 4 ਮੰਜ਼ਲੇ ਜ਼ਰੂਦ, 5 ਮੰਜ਼ਲੇ ਸ਼ਰਾਫ, 6 ਕੋਹੇ ਜ਼ੂ ਹੁਸਮ, 7 ਕਰਬਲਾ। 7 ਹੋ ਗਈਆਂ, ਹੁਣ ਮੈਂ 19 ਲੱਗਾ ਗਿਣਨ। ਮੈਂ ਤੇ ਵੇਖ ਕੇ ਆਇਆ ਉਹ ਜਿੱਥੋਂ ਸੈਯਦ ਰੁਲਦੇ ਗਏ ਨੇ। ਨੰਬਰ 1 ਕੂਫਾ, ਉਂਗਲੀਆਂ 'ਤੇ ਗਿੰਦਾ ਜਾ 19 ਪੂਰੀਆਂ, ਕੂਫਾ, ਕਰਬਲਾ, ਕਾਦਸੀਆ, ਮੂਸਲ, ਤਕਰੀਤ, ਵਾਦੀਆ ਨਖਲਾ, ਲੀਬਾ, ਨਸੀਬੀਨ, ਦਾਵਾਦ, ਕਨੈਸਰੀਨ, ਮਕਬਰਾ ਤੁਨਮਾਨ, ਸ਼ੀਰਤ, ਸਬੂਰ, ਹਮਾਤ, ਹਮਸ, ਬਾਲਬਿਕ, ਤੀਰੇ ਰਬ, ਹਰਾਨ ਤੇ ਦਮਿਸ਼ਕ। 19
ਮੌਲਵੀ ਨੂੰ ਕਿਹਾ ਪੜ੍ਹ ਮੈਂ ਮਠਿਆਈ ਲੈ ਕੇ ਆਵਾਂ, ਤੇ ਮੈਨੂੰ 19 ਤੇ 7 26 ਯਾਦ ਨੇ ਇਹਨਾਂ ਮੈਂ ਅੱਜ ਮੈਂ ਪਹਿਲੀਆਂ 7 ਪੜ੍ਹਨੀਆਂ ਨੇ ਵੀ ਹੁਸੈਨ ਕਰਬਲਾ ਪੜ੍ਹੇ ਕਿਵੇਂ। ਇਹ ਪਿਆਂਦਾ ਸ਼ਹਾਦਤ ਪੜ੍ਹ, ਸ਼ਹਾਦਤਾਂ ਤਾਂ ਸਾਰੇ ਹੀ ਪੜ੍ਹ ਲੈਂਦੇ ਨੇ, ਸਮਝ ਆ ਗਈ ਨਾ। ਲੇਕਿਨ ਹੁਸੈਨ ਦੀ ਸ਼ਹਾਦਤ ਜ਼ਿੰਦਗੀ 'ਚ ਕੁਰਾਨ ਦੀ ਕਸਮ, ਜੇ ਅਸਲ ਸ਼ਹਾਦਤ ਪੜ੍ਹੀ ਨਹੀਂ ਜਾਂਦੀ, ਰੋਲਿਆ ਰੁਆ ਲਿਆ ਟੁਰ ਗਏ। ਪਹਿਲਾਂ ਇਹ ਦੱਸੋ ਹੁਸੈਨ ਦੀ ਬਹਾਦਰੀ ਕੀ ਹੈ, ਹੁਸੈਨ ਮਾਰਿਆ ਕਿਹਨੂੰ ਕਿਹਨੂੰ ਹੈ, ਹੁਸੈਨ ਜੰਗ ਕਿਵੇਂ ਕੀਤੀ ਹੈ। ਪਹਿਲਾਂ ਬਹਾਦਰ ਹੁਸੈਨ ਸੁਣਾਓ, ਫਿਰ ਸ਼ਹਾਦਤ ਪੜ੍ਹੋ ਐਂਡੇ 'ਚ। ਮੈਂ ਪਹਿਲਾਂ ਸੌਦਾ ਲਗਾ ਪਣ, ਇਨ ਅੱਲਾ ਹਸ਼ਤਰਾ ਮਿਨਲ ਮੋਮਿਨੀਨ ਅਨਫੁਸਹੁਮ ਵ ਅਮਵਾਲਹੁਮ, ਅੱਲਾ ਨੇ ਮੋਮਨਾ ਨਾਲ ਸੌਦਾ ਕੀਤਾ 300 ਦੇ ਨਾਲ, ਮੋਮਨਾ ਦੀ ਜਾਨ ਲੈ ਲਈ ਹੈ, ਮੋਮਨਾ ਦਾ ਮਾਲ ਲੈ ਲਿਆ, ਬਿਆਨਾ ਲਹਮੁਲ ਜੰਨਾ, ਤੇ ਬਦਲੇ ਕੀ ਦਿੱਤੀ ਹੈ, ਜੰਨਤ। ਯਾਰ ਅਜੀਬ ਸੌਦਾ, ਖੁਦਾ ਦਾ ਵਾਸਤਾ ਜੇ ਅਜੀਬ ਸੌਦਾ, ਮੇਰਾ ਵੇਖ, ਮੇਰਾ ਮੌਲੀ ਸਾਹਿਬ ਮੇਰਾ ਵੇਖੋ, ਅਜੀਬ ਸੌਦਾ। ਜਾਨ ਦਿੱਤੀ ਵੀ ਆਪ ਸੂ, ਮਾਲ ਦਿੱਤਾ ਵੀ ਆਪ, ਆਪਣੀ ਦਿੱਤੀ ਹੋਈ ਚਾਜ ਆਪ ਖਰੀਦਦਾ। ਓਏ ਹੋਏ, ਆ ਤਸਵੀਰ ਹੈ ਤੇ ਮੈਂ ਮੌਲੀ ਸਾਹਿਬ ਦੇ ਦਿਆਂ, ਆਹ ਲੈ ਲੈ, ਇਹ ਲੈ ਲਵੇ ਤੇ ਫਿਰ ਕਮਾ, ਹੁਣ ਮੈਨੂੰ ਦੇ ਦੇ ਕਿੰਨੇ ਪੈਸੇ ਲਏਗਾ। ਆਏ ਹਾਏ, ਜਾਨ ਦਿੱਤੀ ਵੀ ਅੱਲਾ ਦੀ, ਮਾਲ ਦਿੱਤਾ ਵੀ ਅੱਲਾ ਦਾ, ਕਿਆ ਕਮਾਲ ਹੈ ਪਰਵਰਦਿਗਾਰ ਤੇਰਾ, ਆਪਣੀ ਦਿੱਤੀ ਹੋਈ ਚੀਜ਼ ਆਪ ਖਰੀਦਣਾ ਮੁਫਤ ਚ ਨਹੀਂ, ਜੰਨਤ ਦੇ ਬਦਲੇ। ਦਰਾਊ ਜੀ ਬੋਲ, ਕਿਹਦੇ ਬਦਲੇ? ਜੰਨਤ ਦੇ ਬਦਲੇ। ਹੁਣ ਇਹ ਤਸਵੀਰ ਹੈ ਨਾ ਮੇਰੀ, ਇਹ ਮੈਨੂੰ ਪੁੱਛਣ ਸ਼ਾਹ ਜੀ, ਇਹ ਨਜ਼ਫ ਚੋਂ ਲਈ ਸੀ ਹਜ਼ਰਤ ਅਲੀ ਦੇ ਰੋਜ਼ੇ ਤੋਂ, ਇਹ ਕਿੰਨੇ ਦੀ ਹੈ? ਮੈਂ ਕਹਾਂ 100 ਰੁਪਈਏ ਦੀ। ਇਹ ਮੈਨੂੰ 100 ਦੇ ਦਿਆ, ਤਸਵੀਰ ਦੇ ਦਿਆਂ, ਮੈਂ 100 ਪਾੜਦੇ ਹਾਂ, ਇਹ ਬੋਲੇਗਾ? ਬੋਲੋ, ਮੈਂ ਉਹਦੇ ਟੋਟੇ ਕਰਦਿਆਂ ਬੋਲੇਗਾ? ਇਹ ਤਸਵੀਰ ਆ ਕੇ ਜੇਬ ਵਿੱਚ ਪਾ ਕੇ ਅੱਗੇ ਦੇ ਦਿਆ, ਮੈਂ ਬੋਲਾਂਗਾ? ਇਹ ਤਸਵੀਰ ਦੇ ਦਾਣਾ ਦਾਣਾ ਸੁੱਟ ਦੇਵੇ, ਮੈਂ ਬੋਲਾਂਗਾ? ਕਿਉਂਕਿ ਸੌਦਾ ਹੋ ਗਿਆ ਨਾ। ਹੁਣ ਜਾਨ ਹੁਸੈਨ ਨੇ ਦੇ ਦਿੱਤੀ ਹੈ, ਮਾਲ ਦੇ ਦਿੱਤਾ, ਰੱਬ ਨੇ ਬਦਲੇ ਦੇ ਦਿੱਤੀ ਹੈ ਜੰਨਤ। ਹੁਸੈਨ ਜਿਹਨੂੰ ਦਿਲ ਕਰੇ ਵਾੜੇ, ਉਹ ਬੋਲੇਗਾ? ਖੁਦਾ ਦੇ ਵਾਸਤੇ ਸਮਝੋ, ਸਜਦਾ ਤੁਹਾਡਾ ਦਾਦਾ ਕੀ ਹੈ? ਆ ਬੋਲੋ ਦਾਦਾ, ਜਾਂ ਜੰਨਤ ਲੈ ਲਈ ਹੁਸੈਨ ਨੇ ਤੇ ਦੇਣੀ ਦੇਣੀ ਹੈ। ਆਓ, ਬਗਦਾਦ ਵਿੱਚ ਇੱਕ ਦਰਵੇਸ਼ ਸੀ ਜਿਹਦਾ ਨਾਂ ਹੈ ਬਹਿਲੋਲ, ਇਹ ਮਿੱਟੀ ਦੇ ਕਰੋਂਦੇ ਬਣਾ ਕੇ ਇਹ ਪਿਆਦਾ, ਆਓ ਜਿੰਨੇ ਜੰਨਤ ਲੈਣੀ ਤੇ ਨੌਕਰ ਜੰਨਤ ਵੇਚਣ, ਮਾਲਕ ਦਾ ਮਕਾਮ ਕੀ ਹੋਏਗਾ? ਜੇ ਸਮਝ ਆਉਂਦੀ ਤੇ ਮੈਂ ਪੜ੍ਹਦਾ ਜਾਣਾ, ਨਹੀਂ ਤੇ ਛੱਡ ਦੇਣਾ। ਇੱਕ ਗੱਲ ਅਗਲੀ, ਫਯਕਤੋ ਲੂਨਾ ਵ ਯੁਕਤਾ ਲੂਨ, ਕਤਲ ਨਾ ਪਿਛ ਉੱਥੇ ਆ। ਕੁਰਾਨ ਵਿੱਚ ਜਾਨ ਪਹਿਲਾਂ, 2-4 ਮਿੰਟ ਬਰਦਾਸ਼ਤ ਕਰ ਲਓ, ਅਤੇ ਮਾਲ ਬਾਅਦ ਵਿੱਚ। ਮੇਰੇ ਨਬੀ ਦੇ ਦੌਰ 'ਚ 85 ਜੰਗਾਂ ਲੜੀਆਂ ਗਈਆਂ ਨੇ, ਸੁਹਾਬਾ ਨੇ ਮਾਲ ਪਹਿਲੇ ਇਕੱਠਾ ਕੀਤਾ, ਉਮਰ ਸਾਰਾ ਲਿਆ ਨੇ, ਅਬੂ ਬਕਰ ਨਾ ਅੱਧਾ ਲਿਆ ਨੇ, ਸਦੀਕੀ ਅਕਬਰ ਨੇ ਸੂਈ ਵੀ ਨਹੀਂ ਛੱਡੀ, ਸਾਰਾ ਲਿਆ ਮਾਲ ਪਹਿਲੇ ਅਤੇ ਜਾਨ ਬਾਅਦ ਹੀ ਦਿੱਤੀ ਹੈ। ਕੁਰਬਾਨ ਜਾਵਾਂ ਹੁਸੈਨ ਤੇਰੇ ਤੋਂ। ਕੁਰਾਨ 'ਚ ਜਾਨ ਪਹਿਲਾਂ, ਅਨਫੋਸਾ ਹੋਮ ਜਾਨ ਪਹਿਲਾਂ, ਅਮਵਾਲ ਹੋਮ ਬਾਅਦ 'ਚ। ਸਿਰਫ ਕਰਬਲਾ ਵਾਲੇ ਜਿੰਨਾ ਜਾਨ ਪਹਿਲੇ ਦਿੱਤੀ ਹੈ, ਮਾਲ ਬਾਅਦ 'ਚ ਲੁੱਟਿਆ। ਥੋੜ੍ਹੇ ਪੜ੍ਹ ਲੈਂਦੇ ਯਾਰ ਮੈਨੂੰ, ਅੱਗੇ ਆਉਂਦਾ ਵਾ ਯਕ ਤੁਲੂ ਫਾਇਕ ਤੁਲੂ ਨਵਾਂ ਯੁਗ ਤਾਲੂ, ਉਹ ਕਤਲ ਕਰਦੇ ਨੇ ਤੇ ਕਤਲ ਹੋ ਜਾਂਦੇ ਨੇ। ਲੈ ਭਾਈ ਜੀ, ਮੈਂ ਜਦਾਦ ਸਾਰੀ ਤੇਰੇ ਨਾਲ ਲਿਖ ਦਿੰਦਾ, 10 ਕੋਈ ਇੱਕ ਜੰਗ ਜਿਹਦੇ 'ਚ ਸਿਆਬਾ ਨੇ ਪਹਿਲਾਂ ਕਤਲ ਕੀਤਾ ਅਤੇ ਫਿਰ ਸਾਰੇ ਸ਼ਹੀਦ ਹੋ ਗਿਆ ਹੋਣ, 10 ਬੋਲੋ, ਕਿਸੇ 14, ਕਿਸੇ 70, ਕਿਸੇ 14, ਬਾਕੀ ਬਚ ਕੇ ਆ ਗਏ ਨੇ। ਇੱਕ ਕਰਬਲਾ ਵਾਲੀ ਜੰਗ ਏ,
ਹਾਏ ਉਹ ਮੇਰਾ ਰੱਬਾ, ਪਹਿਲਾਂ ਕਤਲ ਕੀਤਾ ਤੇ ਫਿਰ ਸਾਰੇ ਕਤਲ। ਉਹ ਬੋਲੋ, ਇਹ ਸੌਦਾ ਅੱਲਾਹ ਨੇ ਕੀਤਾ ਮੂਮਨ ਨਾਲ, ਜਾਨ ਔਰ ਮਾਲ ਲੈ ਕੇ ਅੱਲਾਹ ਨੇ ਇਹਦੇ ਬਦਲੇ ਜੰਨਤ ਦਿੱਤੀ। ਜਲਦੀ ਸੌਦਾ ਪੜ੍ਹ ਕੇ ਕਰਬਲਾ ਆਏ, ਮੈਂ ਜਲਦੀ ਜਲਦੀ ਮੰਜ਼ਲ ਆਪਣਾ ਨੰਬਰ ਦੋ। ਅਲੀ ਜੀ, ਓਏ ਅਲੀ, ਅਲੀ ਨੂੰ ਓਏ ਰਸੂਲ ਹੀ ਕਹਿ ਸਕਦਾ। ਓਏ ਅਲੀ ਜੀ, ਓਇਆ ਮੈਂ ਟੁਰ ਚੱਲਿਆ ਬਾਹਰ, 70 ਚਵਲ ਖਲੋਤੇ ਨੀ ਤਲਵਾਰਾਂ ਲੈ ਕੇ, ਮੇਰੇ ਬਿਸਤਰੇ 'ਤੇ ਸੌਂ ਜਾਏਗਾ? ਉਹਨੇ ਕਿਹਾ ਜੀ ਮੇਰੇ ਸੌਣ ਨਾਲ ਤੁਸੀਂ ਬਚ ਜਾਓਗੇ। ਫਿਰ ਮੈਂ ਬਿਲਕੁਲ, ਫਿਰ ਮੈਂ ਫਿਰ ਕਰੋੜ ਵਾਰੀ ਕੁਰਬਾਨ ਜਾਵਾਂ ਤੇਰੇ ਬਿਸਤਰੇ ਤੋਂ। ਸੁਣ ਸੁਣ ਸੁਣ, ਹਾਏ ਮੇਰਾ ਰੱਬਾ, ਖੁਰੇ ਸਵੇਰੇ ਕਿੱਡਾ ਵੱਡਾ ਫਤਵਾ ਲੱਗੇਗਾ। ਨਬੀ ਦੀ ਚਾਦਰ ਉੱਤੇ ਲੈ ਕੇ ਅਲੀ ਸੌਂ ਗਿਆ ਨਬੀ ਦੇ ਬਿਸਤਰ 'ਤੇ। ਸਾਰੀ ਰਾਤ ਕਾਫਰ ਵੇਂਦੇ ਅਲੀ ਨੂੰ ਰਹਿ ਤੇ ਕਹਿੰਦੇ ਮੁਹੰਮਦ ਸੁੱਤਾ ਹੈ। ਓਏ ਹੋਏ 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 ਹੋ, ਮੈਂ ਕਹਿ ਗਿਆ ਜੋ ਕਹਿਣਾ ਸੀ, ਵਹਿੰਦੇ ਰਹਿ ਗਏ। ਉਹ ਜਿਹੜਾ ਸੌਣ ਵਿੱਚ ਮੁਹੰਮਦ ਲੱਗੇ, ਜਾਗਣ ਵਿੱਚ ਕੀ ਲੱਗੇਗਾ? ਮੈਂ ਸਹੀ ਪੜ੍ਹ ਰਿਹਾ? ਸਾਰੀ ਰਾਤ ਸੋਚਦੇ ਰਹੇ ਰਸੂਲ ਸੁੱਤਾ, ਮੁਸਤਫਾ ਸੁੱਤਾ, ਲੇਕਿਨ ਅਲੀ ਜਿਹੜਾ ਸੌਂ ਜਾ ਤੇ ਮੁਸਤਫਾ ਬਣ ਜਾ, ਉਹ ਜਾਗੇਗਾ ਤੇ ਕੀ ਬਣੇਗਾ? ਇੱਕ ਵਾਰੀ ਬੋਲੇ ਸੁਭਾਨ ਅੱਲਾਹ। ਇਮਾਮ ਉਲ ਅੰਬੀਆ ਨੇ ਕਿਹਾ ਅਲੀ ਮੇਰੇ ਬਿਸਤਰ ਤੇ ਸੌਂ ਜਾ, ਸੌਂ ਗਿਆ। ਨਬੀ ਨਿਕਲ ਗਏ, ਮੈਂ ਹਿਜਰਤ ਨਹੀਂ ਪੜ੍ਹਨੀ, ਆਪਣਾ ਪੁਆਇੰਟ ਬਣ ਕੇ ਜਾਏ ਚਲੇ ਗਏ। ਜ਼ੁਲ ਜਲਾਲ ਲੈ ਪਿਆ, ਉਹ ਜਬਰੀਲ ਜੀ ਰੱਬੇ ਜਲੀਲ, ਤੈਨੂੰ ਤੇ ਮੇਕਾ ਹੀ ਨੂੰ ਮੈਂ ਬਣਾਇਆ ਭਰਾ, ਤੂੰ ਮੰਨ? ਜੀ ਬਿਲਕੁਲ ਬਣਾਇਆ। ਫਿਰ ਮੈਂ ਇੱਕ ਦੀ ਉਮਰ ਕੁਝ ਸਾਲ ਵੱਡੀ ਹੈ, ਇੱਕ ਦੀ ਛੋਟੀ ਹੈ, ਕਿਆ ਜਿਹਦੀ ਵੱਡੀ ਹੈ ਉਹ ਆਪਣੀ ਉਮਰ ਦਾ ਅੱਧ ਦੂਜੇ ਨੂੰ ਦੇ ਦੇਗਾ? ਦੋਵੇਂ ਸਿਰ ਸੁੱਟ ਕੇ ਖਲੋ ਗਏ, ਨਹੀਂ, ਕਾਸ਼ ਤੂੰ ਗੱਲ ਸਮਝੇ। ਜਬਰੀਲ ਤੈਨੂੰ ਤੇ ਮੇਕਾ ਨੂੰ ਦੋਵਾਂ ਨੂੰ ਭਰਾ ਬਣਾਇਆ ਅਸਮਾਨਾਂ 'ਤੇ, ਇੱਕ ਦੀ ਉਮਰ ਕੋਈ ਸਾਲ ਵੱਡੀ ਹੈ, ਇੱਕ ਦੀ ਕੋਈ ਛੋਟੀ ਹੈ, ਅਤੇ ਜਿਹਦੀ ਵੱਡੀ ਹੈ ਉਹ ਆਪਣੀ ਉਮਰ ਦੂਜੇ ਨੂੰ ਦੇ ਦੇਗਾ? ਜਬਰੀਲ ਅਗੇ ਜੀ ਨਹੀਂ, ਮੇਕਾ ਹੀ ਅਗੇ ਜੀ ਨਹੀਂ। ਫਰਮਾਇਆ ਫਿਰ ਹੁਣ ਤਸਮੀਆਂ ਰੱਖੋ, ਵੇਖੋ ਯਾਰ ਮੇਰਾ ਟੁਰ ਗਿਆ ਜੇ ਅਤੇ ਉਹ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਬਿਸਤਰ 'ਤੇ ਸੁੱਤਾ ਜੇ। ਇਹ ਜ਼ਮੀਨ 'ਚ ਦੋ ਭਰਾ ਜੇ ਅਲੀ ਅਤੇ ਨਬੀ, ਸੁੱਤਾ ਜੇ, ਸੁੱਤਾ ਜੇ ਆਪਣੀ ਜਾਨ ਦਾਅ 'ਤੇ। ਜਾਓ ਸਰਾਣੇ ਖਲੋ ਜਾ ਤੂੰ ਜਬਰੀਲ, ਅਤੇ ਪੁਆਂਦੀ ਖਲੋ ਜਾ ਤੂੰ ਮੇਕਾਈਲ। ਜਿੰਨਾ ਚਿਰ ਅਲੀ ਸੁੱਤਾ ਹੈ, ਬਾਡੀ ਗਾਰਡ ਬਣ ਕੇ ਖਲੋਵੋ, ਜਿਸ ਕੇ ਬਾਡੀ ਗਾਰਡੋਂ ਕਾ ਨਾਮ ਜਬਰੀਲ ਔਰ ਮੇਕਾਈਲ ਹੈ, ਉਸੇ ਅਲੀ ਕਹਤੇ ਹੈ। ਨਹੀਂ 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 ਨਹੀਂ, ਕੋਈ ਨਵੀਆਂ ਚੀਜ਼ਾਂ ਪੜ੍ਹ ਰਿਹਾ ਮੈਂ। ਆ ਜਿਹਦੇ ਬਾਡੀ ਗਾਰਡ ਜੇ ਬਰਦਾਸ਼ਤ ਕਰੇ, ਜੇ ਪਚਾ ਲੈ ਤੈਨੂੰ ਉਲਟੀ ਨਾ ਆ ਜਾ ਮੌਲਵੀ, ਤੇ ਸੁਣ, ਜਦੋਂ ਇਮਾਮੇ ਮਾਦੀ ਦਾ ਜ਼ਹੂਰ ਹੋਏਗਾ, ਖੁਦਾ ਦੀ ਕਸਮ ਸੱਜੇ ਜਬਰੀਲ ਤਲਵਾਰ ਲੈ ਕੇ ਲੜੇਗਾ, ਖੱਬੇ ਮੇਕਾਈਲ ਚਲੇਗਾ, ਤੇ ਨਜ਼ਰ ਆਉਣਗੇ ਜਿਹਦਾ 12ਵਾਂ ਪੁੱਤਰ ਉਹਦੇ ਸਿਪਾਹੀ ਜਬਰੀਲ ਤੇ ਮੇਕਾਈਲ ਬਣ ਜਾਣ ਵਾਲੀ ਕੀ ਹੋਏਗਾ? ਅੱਜ ਤਾਂ ਪੁੱਤਰ ਫਸੇ ਹੋ, ਸੁਣੋ, ਅੱਗੋਂ ਜਿਹੜੇ ਮਰਜ਼ੀ ਜੇ ਫਤਵੇ ਲਾਇਆ ਜਾਂ ਨਾ ਸੱਦਿਆ ਜਾ, ਅੱਜ ਤਾਂ ਕਾਬੂ ਆਇਓ, ਸੁਣੋ। ਨਹੀਂ ਆ ਤਵੱਜੋ, ਕੋਈ ਸਮਝ ਆ ਰਹੀ ਹੈ? ਆਇਆ ਜਬਰੀਲ ਤੇ ਮੇਕਾਈਲ, ਕਿਤਾਬਾਂ 'ਚ ਨਾ ਵਿਖਾਵਾਂ ਤੇ ਮੈਂ ਮੁਜਰਮ, ਸਰਾਣੇ ਖਲੋ ਗਿਆ ਜਬਰੀਲ, ਪੁਆਂਦੀ ਖਲੋ ਗਿਆ ਮੇਕਲ, ਤੇ ਜਬਰੀਲ ਇੱਕ ਫਿਕਰਾ ਬੋਲਦਾ, ਮਮ ਮਿਸਲਾ ਕਾ ਯਬਨ ਆਬੀ ਤਾਲਬ, ਅਬੂ ਤਾਲਬ ਦਿਆ ਪੁੱਤਰਾ ਤੇਰੀ ਮਿਸਲ ਕੌਣ ਹੈ? ਸੁੱਤਾ ਜ਼ਮੀਨ 'ਤੇ ਆ, ਰੱਬ ਫਰਿਸ਼ਤਿਆਂ ਦੀ ਮਹਿਫਲ 'ਚ ਬਹਿ ਕੇ ਤੇਰੇ 'ਤੇ ਫਖਰ ਪਿਆ ਕਰਦਾ। ਇੱਕ ਵਾਰੀ ਬੋਲ, ਸੁਭਾਨ ਅੱਲਾਹ। ਨਹੀਂ ਨਹੀਂ ਨਹੀਂ, ਕਿਆਮਤ ਦਾ ਫਿਕਰਾ ਮੁਸਤਫਾ, ਕਿਆਮਤ ਦਾ।
ਤਵੱਜੋ ਐਤ ਪੜ, ਅਜੇ ਗੱਲ ਕੀਤੀ ਏ, ਰੱਬ ਨੇ ਐਤ ਨਾਜ਼ਲ ਕਰਤੀ ਤੀ ਨਬੀ, ਵਾਮੇ ਨੰਨਾਸ ਮੈਂ ਯਸ਼ਰੀ ਨਫਸ ਉੱਤੇ ਗਾ ਮਰਦਾ ਤੀਲਾ, ਬੰਦਿਆਂ ਚੋਂ ਕੁਝ ਉਹ ਵੀ ਨੇ ਜਿਹੜੇ ਆਪਣੀ ਜਾਨ ਦੇ ਕੇ ਰੱਬ ਦੀਆਂ ਰਜ਼ਾਵਾਂ ਖਰੀਦ ਲੈਂਦੇ ਨੇ, ਉਹ ਜਿਹਦਾ ਸੌਂ ਜਾਣਾ, ਜਿਹੜਾ ਸੌਂ ਕੇ ਉਹ ਖੁਦਾ ਦਾ ਵਾਸਤਾ ਜੇ 14 ਲਿਓ, ਜਿਹੜਾ ਸੌਂ ਕੇ ਰੱਬ ਦੀਆਂ ਰਜ਼ਾਵਾਂ ਖਰੀਦ ਲੈ, ਜਾ ਕੇ ਕੀ ਲੈਗਾ ਏ, ਜਿਹਦੀ ਨੀਂਦਰ, ਜਿਹਦੀ ਨੀਂਦਰ ਦੀ ਕੀਮਤ, ਜਿਹਦੀ ਨੀਂਦਰ ਦੀ ਕੀਮਤ ਰੱਬ ਦੀ ਰਜ਼ਾ ਹੈ, ਮੋਮਨ ਦੀ ਕੀਮਤ ਹੈ ਜੰਨਤ, ਜੰਨਤ, ਅਲੀ ਦੀ ਕੀਮਤ ਹੈ ਰੱਬ ਦੀ ਰਜ਼ਾ, ਤੇ ਉਹ ਵੀ ਸੌਂਕ ਹੈ, ਸੋਲੋ ਮਰਦਾ ਥਿੱਲਾ, ਉਹਦੇ ਜਾਗਣ ਦੀ ਕੀਮਤ ਕੀ ਹੋਏਗੀ। ਹੁਣ ਵਾਰੀ ਆ ਗਈ ਹੁਸੈਨ ਦੀ, ਜਲਦੀ ਪੜ੍ਹ ਕੇ ਮਨਸਲਾ ਲਾਵਾਂ, ਦੇਰ ਲੱਗੇਗੀ। ਯਾ ਤੁਹਾਨ ਨਫਸ ਮੁਤਮਾਇਨਾ ਇਰਜੀ ਲਾ ਰੱਬੇ ਕਰਾ ਦੀਆ ਤਮਰਦੀ ਆ, ਉਹ ਮੁਤਮਾਇਨ ਰੂਹ ਆ, ਤੂੰ ਸਾਡੇ ਤੇ ਰਾਜ਼ੀ, ਅਸੀਂ ਤੇਰੇ ਤੇ ਰਾਜ਼ੀ, ਆਏ ਹਾਏ ਇੱਕ ਵਾਰੀ ਬੋਲੀਏ, ਤੂੰ ਸਾਡੇ ਤੇ ਰਾਜ਼ੀ ਅਸੀਂ ਤੇਰੇ ਤੇ, ਇੱਕ ਵਾਰੀ ਬੋਲੇਗਾ ਤਾਂ ਅੱਗੇ ਆਏਗੀ, ਤੂੰ ਸਾਡੇ ਤੇ ਰਾਜ਼ੀ ਅਸੀਂ ਤੇਰੇ ਤੇ ਰਾਜ਼ੀ। ਇਹ ਪਰਵਰਦੀਗਾਰ ਮੋਮਨ ਦੀ ਜਾਨ ਦੀ ਕੀਮਤ ਜੰਨਤ, ਇੱਥੇ ਬਹਿਸ ਕਰਨਾ ਦਾ ਘੰਟਾ ਇਹਦੇ 'ਤੇ ਲਾ ਦੇਣਾ, ਲੇਕਿਨ ਮੈਂ ਉਹ ਪੜ੍ਹਨਾ ਚਾਹੁੰਦਾ ਜੋ ਇਹਨਾਂ ਨੂੰ ਸਮਝ ਆਵੇ, ਇਹ ਦੋ ਫਿਕਰੇ ਪੜ੍ਹ ਕੇ, ਮੋਮਨ ਦੀ ਜਾਨ ਦੀ ਕੀਮਤ ਜੰਨਤ, ਅਲੀ ਦੇ ਸੌਣ ਦੀ ਕੀਮਤ ਰਜ਼ਾ, ਹੁਸੈਨ ਨੂੰ ਕੀ ਦਿੱਤਾ ਜੀ, ਜੇ ਤੂੰ ਜਾਗੇ ਹੱਥ ਖੜੇ ਕਰੇ ਤਾਂ ਦੱਸਾਂ ਕੀ ਦਿੱਤਾ ਸੀ, ਆ ਮੈਂ ਪਹਿਲੀ ਕੀਮਤ ਲੱਗਾ ਦੱਸਣ, ਅਸ਼ਿਫਾ ਫੀ ਤੁਰਬਤੇ, ਤੂੰ ਜਾਨ ਕੁਰਬਾਨ ਕੀਤੀ ਏ, ਜਾ ਅਸਾਂ ਤੇਰੀ ਖਾਕ ਵਿੱਚ ਸ਼ਿਫਾ ਰੱਖ ਦਿੱਤੀ। ਇੱਕ ਵਾਰੀ ਬੋਲਦੇ ਸੀ, ਪਹਿਲਾ ਇਨਾਮ ਕੀ, ਤੇਰੀ ਖਾਕ ਵਿੱਚ, ਉੱਚੀ ਬੋਲ, ਖਾਕ ਵਿੱਚ, ਅਸ਼ਿਫਾ ਫੀ ਤੁਰਬਤੇ ਵਾਲੀ ਜਾ ਬਤੋ ਤਾਤਾ ਕੁੰਬਾ ਤੇਈ, ਤੇਰੀ ਖਾਕ ਵਿੱਚ ਸ਼ਗੋ, ਜਿਹੜਾ ਬੰਦਾ ਤੇਰੇ ਦਰਬਾਰ ਵਿੱਚ ਆ ਜਾਏ, ਇੱਥੇ ਆ ਕੇ ਹੱਥ ਉਠਾ ਕੇ ਦੁਆ ਮੰਗੇ, ਮੈਂ ਕਬੂਲ ਕਰ ਲਾਂਗਾ ਤੇਰੇ ਦਰਬਾਰ ਵਿੱਚ ਮੰਗੀ ਹੋਈ ਦੁਆ ਕਬੂਲ। ਖਾਕ ਵਿੱਚ ਸ਼ਫਾ, ਤੇ ਤੇਰੇ ਘਰ ਆ ਕੇ ਜਿਹੜਾ ਦੁਆ ਮੰਗੇ, ਉਹ ਬੋਲੋ ਸਹੀ, ਵਲ ਇਮਾਮਾ ਤੋਂ ਫੀ ਨਸਲੀ, ਹਸਨ ਵੀ ਹੈ, ਹਸਨ ਵੀ ਹੈ, ਪਰ ਜਾ ਅਸਾਂ ਕਿਆਮਤ ਤੱਕ ਇਮਾਮਤ ਤੇਰੀ ਨਸਲ 'ਚ ਰੱਖੀ, ਬਚੜੇ ਤੇਰੇ ਹੀ ਇਮਾਮ ਹੋਣਗੇ। ਬੋਲੋ ਨਾ, ਇਹ ਤਿੰਨ ਇਨਾਮ ਨੇ, ਪਹਿਲਾ ਇਨਾਮ ਖਾ ਕੇ ਸ਼ਬਾ, ਦੂਜਾ ਇਨਾਮ ਕੁੱਬੇ ਥੱਲੇ ਦੁਆ ਦੀ ਇਜਾਬਤ, ਤੀਜਾ ਕੰਮ ਇਮਾਮਤ ਨਸਲੇ ਹੁਸੈਨ 'ਚ। ਮੈਂ 10 ਮੁਹਰਮ ਨੂੰ ਇੱਕ ਰਿਕਾਰਡ ਕਰਾਉਣਾ ਇਨਸ਼ਾਅੱਲਾ, ਮੈਂ ਉਹਦੇ 'ਤੇ ਕੋਈ 3 ਮਹੀਨੇ ਮਿਹਨਤ ਕੀਤੀ ਹੈ, ਔਰ ਉਹ ਉਸ ਟੇਲਰ ਦਾ ਇੱਕ ਫਿਕਰਾ ਬੋਲ ਕੇ ਮੈਂ ਮਨਜ਼ਲਾਂ ਪੜ੍ਹਨਾ ਚਾਹੁੰਦਾ। ਕੋਈ ਤਰੱਕੜੀ ਦੁਨੀਆ 'ਚ ਵੇਖੀ ਜੇ ਜਿਹਦੇ 'ਚ ਹੁਸੈਨ ਤੁਲ ਜਾਏ, ਪਿਛਲੇ ਬੋਲੋ, ਤੁਹਾਡੇ ਕੋਲ ਅਵਾਮੀ ਕੰਡਾ, ਕੋਈ ਮੁਕਾਮੀ ਕੰਡਾ ਜਿਹਦੇ 'ਤੇ ਹੁਸੈਨ ਤੁਲਿਆ ਜਾਏ, ਬੰਦਾ ਕੋਈ ਨਹੀਂ ਨਾ ਜੰਮਿਆ ਹੀ ਨਹੀਂ ਜਿਹੜਾ ਹੁਸੈਨ ਨਾਲ ਤੁਲੇ। ਸਿਰਫ ਇੱਕ ਹਸਤੀ ਹੈ ਜਿਹੜੀ ਵਾਲ ਬਰਾਬਰ ਵੀ ਘੱਟ ਨਹੀਂ, ਪੂਰੀ ਬਰਾਬਰ ਤੁਲਦੀ ਹੈ, ਔਰ ਉਹਨੂੰ ਜ਼ੈਨ ਬਾਂਧਦੇ ਨੇ। ਓਏ ਹੋਏ 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 ਹੋਏ, ਇਹ ਮੈਂ ਜ਼ੈਨਬ ਪੜ੍ਹਨੀ ਆ 2.5 ਘੰਟੇ ਚਨਜੋਟ, ਸਿਰਫ ਜ਼ੈਨਬ, ਇੱਕ ਜੁਮਲਾ ਲੱਗਾ ਪੜ੍ਹਨ, ਖੜਾ ਹੋ ਕੇ ਦੱਸ ਦਈ ਇਸ ਇੱਕ ਜੁਮਲੇ ਦੀ, ਜ਼ਿਆਦਾ ਨਹੀਂ ਮੈਂ ਪੜ੍ਹਨੇ। ਤਵੱਜੋ, ਅਲੀ ਇਹ ਵਲਾਇਤ ਦਾ ਕਾਬਾ,
ਵਲੈਤ ਦਾ ਕਾਬਾ, ਫਾਤਮਾ ਇਸਮਤ ਦਾ ਕਾਬਾ, ਹਸਨ ਏ ਹੁਸਨ ਦਾ ਕਾਬਾ, ਹੁਸੈਨ ਏ ਸਬਰੋ ਰਜ਼ਾ ਦਾ ਕਾਬਾ, ਇਹ ਚਾਰ ਕਾਬੇ ਹੋ ਗਏ। ਅਲੀ ਵਲੈਤ ਦਾ ਕਾਬਾ, ਫਾਤਮਾ ਇਸਮਤ ਦਾ ਕਾਬਾ, ਹਸਨ ਹੁਸਨ ਦਾ ਕਾਬਾ, ਹੁਸੈਨ ਸਬਰੋ ਰਜ਼ਾ ਦਾ ਕਾਬਾ, ਇਹ ਚਾਰ ਕਾਬੇ। ਮਾਲਕ ਮੈਂ ਕਿੱਥੇ ਪਿੰਡ ਪੜ੍ਹ ਰਿਹਾ, ਚਾਰ ਕਾਬੇ ਜਿਹਦਾ ਝੂਲਾ ਦਰਮਿਆਨ ਰੱਖ ਕੇ ਪਿਆਰ ਦੀ ਡੋਰੀ ਖਿੱਚਣ ਉਸੇ ਜ਼ੈਨਬ ਕਹਿੰਦੇ ਹੈ। ਤੂੰ ਪੀ ਗਿਆ, ਤੂੰ ਪੀ ਗਿਆ, ਫਿਕਰ ਹੀ ਪੀ ਗਿਆ, ਸਜਦੋ ਪੀ ਗਏ ਹੋ। ਚਾਰ ਕਿਬਲੇ ਜਿਹਦਾ ਝੂਲਾ ਵਿੱਚ ਰੱਖ ਕੇ, ਨਹੀਂ ਅਜੇ ਨਹੀਂ, ਅਜੇ ਨਹੀਂ, ਮੈਂ ਸਲੀ ਨਹੀਂ, ਕਿਉਂਕਿ ਇਹ ਸੁਣਨ ਵਾਲੇ ਨਹੀਂ। ਇਹ ਕੰਮ ਪੰਜ ਇਮਾਮਾਂ ਦਾ ਜ਼ਮਾਨਾ ਵੇਖਿਆ ਬੀਬੀ ਨੇ, ਪੰਜ ਹੁਸੈਨ ਦੀ ਸ਼ਹਾਦਤ ਇੱਕ ਦਿਨ ਦੀ, ਗਏ ਤੇ ਸ਼ਹੀਦ ਹੋ ਗਏ। ਇਹ ਕਦੀ ਉਸ ਚੌਕ 'ਚ ਵੱਟੇ, ਕਦੀ ਉਸ ਚੌਕ 'ਚ ਵੱਟੇ। ਮੈਂ ਪੜ੍ਹਨਾ ਨਹੀਂ ਚਾਹੁੰਦਾ ਇਹਨੂੰ, ਸਿਰਫ ਇਹਦੇ ਫਜ਼ਾਇਲ ਦਾ ਇੱਕ ਫਿਕਰਾ ਪੜ੍ਹਨਾ ਚਾਹੁੰਦਾ। ਇਹ ਇਹ ਤੂੰ ਗੌਰ ਨਾਲ ਸੁਣੇਗਾ, ਕੁਰਾਨ ਦੀ ਕਸਮ, ਇਹ ਬੀਬੀ ਤੋਂ ਜਦੋਂ ਮੈਂ ਇਹਦੇ ਮਸਾਇਬ ਪੜ੍ਹਨੇ ਨੇ, ਮੈਂ ਧੂੜ ਪੜ੍ਹ ਦੇਣੀ ਹੈ, ਤੇਰੀ ਸਮਝ ਤੋਂ ਬਾਹਰ ਆ ਜਾਣਾ ਵੀ ਹੋ ਕੇ ਗਿਆ, ਕਿਆਮਤ ਆ ਜਾਏਗੀ ਉਸ ਮਹਿਫਲ। ਕਮ ਅਜ਼ ਕਮ 35,000 ਦਾ ਮਜਮਾ ਹੁੰਦਾ ਜਿੱਥੇ ਮੈਂ 10 ਮੁਹਰਮ ਪੜ੍ਹਦਾ, ਲੇਕਿਨ ਮੈਂ ਇੱਕ ਫਿਕਰਾ ਲੱਗਾ ਇਹਦੀ ਸ਼ਾਨ ਦਾ ਪੜ੍ਹ। ਚਾਰ ਕਿਬਲੇ ਜਿਹਦਾ ਝੂਲਾ ਹਲਾਲ, ਤੂੰ ਸੋਚਦਾ ਹੈਗਾ ਉਹ ਮਾਂ ਕਿਹੋ ਜਿਹੀ ਜਿਹਨੇ ਨਜ਼ਮ ਸ਼ਾਹ ਪਾਲਿਆ, ਸੋਚਦਾ ਹੈਗਾ ਨਾ ਕੋਈ ਵੱਡਾ ਖਤੀਬ ਮੇਰੇ ਤੋਂ ਵੀ ਆ ਜਾਂਦਾ, ਸੋਚੋਗੇ ਯਾਰ ਇਹਦੇ ਮਾਪੇ ਕਿਹੋ ਜਿਹੇ ਹੋਣਗੇ। 5 ਸਾਲ ਇਹ ਬੀਬੀ ਰਸੂਲ ਦੀ ਝੋਲੀ 'ਚ ਪਲੀ ਹੈ। ਓਏ ਹੋਏ ਹੋਏ ਹੋਏ, ਉਹ ਬੋਲੋ ਓਏ, 5.25 ਸਾਲ ਬਤੂਲ ਦੀ ਗੋਦ 'ਚ ਖੇਡੀ ਹੈ। ਉੱਚੀ ਬੋਲ ਸੁਭਾਨ ਅੱਲਾ। 45 ਸਾਲ, 45 ਸਾਲ ਅਲੀ ਨੇ ਇਹਨੂੰ ਪਾਲਿਆ, 55 ਸਾਲ ਹਸਨ ਭਰਾ ਦੇ ਨਾਲ ਰਹੀ ਹੈ, 35 ਸਾਲ ਅਲੀ ਨੇ, 45 ਸਾਲ ਹਸਨ ਨੇ, ਅਤੇ 55 ਸਾਲ ਹੁਸੈਨ ਦੇ ਨਾਲ। ਇਹਦਾ ਮਤਲਬ ਕਿੰਨਾ ਪਾਲਿਆ? ਇਮਾਮਾਂ ਨੇ, ਇਮਾਮਾਂ ਨੇ। ਅੱਗੋਂ ਇਹਨੇ 24 ਸਾਲ ਪਾਲਿਆ ਜ਼ੈਨੁਲ ਆਬਦੀਨ, 8 ਸਾਲ ਪਾਲਿਆ ਬਾਕਰ, ਇਹਨੂੰ ਇਮਾਮਾਂ ਪਾਲਿਆ, ਇਹਨੇ ਅੱਗੋਂ ਇਮਾਮ ਪਾਲੇ, ਜਿਹੜੀ ਪਲੀ ਵੀ ਇਮਾਮਾਂ ਕੋਲ ਅਤੇ ਪਾਲੇ ਵੀ ਇਮਾਮ ਉਸੇ ਜ਼ੈਨਬ ਕਹਿੰਦੇ ਹੈ। ਜੇ ਤੈਨੂੰ ਸਮਝ ਆਵੇ ਤਾਂ ਬੋਲ। ਇੱਕ ਫਿਕਰਾ ਲੱਗਾ ਬੋਲਣ ਇਲਮੀ, ਔਰ ਫਿਰ ਉਸ ਤੋਂ ਬਾਅਦ ਮੰਜ਼ਰਾ ਸ਼ੁਰੂ ਕਰਨਾ। ਤਵੱਜੋ, ਇੱਕ ਜੁਮਲਾ ਲੱਗਾ ਇਹਦਾ, ਬੋਲ। ਚੱਲ ਤੂੰ ਮਸਾਹਿਬ ਕਿਹਾ ਤੇ ਇੱਕ ਫਿਕਰਾ ਬੋਲ ਹੀ ਦਿਆਂ, ਮੈਂ ਇੱਥੇ ਬੋਲਣਾ ਨਹੀਂ ਚਾਹੁੰਦਾ। ਜ਼ੈਨਬ ਜੀ ਭਾਈ ਜਾਨ, ਜਾ ਮੈਂ ਮੱਕਿਓਂ ਚੱਲਿਆ ਮਦੀਨਿਓਂ, ਅਤੇ ਆਪਣੇ ਸ਼ੌਹਰ ਕੋਲੋਂ ਇਜਾਜ਼ਤ ਲੈ ਆ, ਕਿਆਮਤ ਦਾ ਮਸਾਹਿਬ ਦਾ ਫਿਕਰਾ ਲੱਗਾ ਪੜ੍ਹਨ ਮੈਂ, ਉਸ ਵਿੱਚੋਂ ਜੋ ਮੈਂ ਪੜ੍ਹਨਾ ਉਹਦੇ ਵਿੱਚੋਂ ਇੰਨਾ ਜਾ ਲੈ ਕੇ ਆ। ਯਾਰ ਲੈ ਸਮਝ ਜਾਣ, ਬੀਬੀ ਟੁਰ ਪਈ। ਭਾਈ ਜਾਨ ਮੈਂ ਹੁਣੇ ਗਈ ਗਈ ਅੱਗੇ, ਅਬਦੁੱਲਾ ਇਬਨ ਜਾਫਰ ਤੇ ਯਾਰ ਚਾਰ ਪਈ ਤੇ ਬਿਮਾਰ ਹੈ, ਅਬੂ ਤੁਰਾਬ ਕੀ ਬੇਟੀ ਤੁਰਾਬ ਪਰ ਬੈਠ ਗਈ। ਕਿਹਨੂੰ ਸੁਣਾਵਾਂ ਤੇ ਕਿੱਥੇ ਫੜਾਂ ਜਾ ਕੇ? ਅਬੂ ਤੁਰਾਬ ਕੀ ਬੇਟੀ, ਮਿੱਟੀ ਦੇ ਪਾਪ ਦੀ ਬੇਟੀ ਮੱਟੀ ਤੇ ਬਹਿ ਗਈ। ਜਾ ਅਬਦੁੱਲਾ ਦੀ ਅੱਖ ਖੋਲੀ, ਉਹਨੇ ਕਿਹਾ ਜ਼ੈਨਬ ਘੁੰਮੀ ਖੜੀ ਆ ਜਾ, ਜੇ ਅਬਾਸ ਤੈਨੂੰ ਵੇਖ ਲਿਆ ਮਿੱਟੀ ਤੇ ਬੈਠੀਆਂ ਕਿਆਮਤ ਆ ਜਾਏਗੀ, ਕਿਵੇਂ ਆਈ ਹੈ? ਫਰਮਾਇਆ ਅਬਦੁੱਲਾ ਤੂੰ ਮੇਰੇ ਸਿਰ ਦਾ ਸਰਦਾਰ ਹੈ, ਮੇਰੇ ਬਾਬੇ ਦੀ ਤੈਨੂੰ ਇਹ ਵਸੀਅਤ ਸੀ ਕਿ ਕੀ ਇਹਦਾ ਭਰਾ ਇਹਨੂੰ ਨਾਲ ਲਿਜਾਏ ਅਤੇ ਨਾ ਨਾ ਕਰੀ, ਅਤੇ ਭਾਈ ਜਾਨ ਜਾ ਰਹੇ ਨੇ ਮੈਨੂੰ ਨਾਲ ਲਿਜਾਣਾ। ਉਹਨੇ ਕਿਹਾ ਬਿਸਮਿਲ੍ਲਾ ਤੂੰ ਉਹਨਾਂ ਦੀ ਧੀ ਹੈ, ਜਾ। ਲੇਕਿਨ ਇੱਕ ਸ਼ਰਤ ਹੈ, ਤੇਰੇ ਨੇ 18 ਭਰਾ। ਇਹੋ ਜਿਹਾ ਮਸਾਹਿਬ ਤੂੰ ਜ਼ਿੰਦਗੀ 'ਚ ਨਹੀਂ ਸੁਣਿਆ ਹੋਏਗਾ, 18 ਭਰਾ।
ਇੱਕ ਵਾਰੀ 18 ਦੇ 18 ਆਓ ਤਾਂ ਕਿ ਆਂਢੀ ਗੁਆਢੀ ਵੇਖਣ ਜਦੋਂ ਕਿਸੇ ਧੀ ਦੇ ਭਰਾ ਆਉਂਦੇ ਕਹਿੰਦੇ ਮੇਰਾ ਭਰਾ ਆਇਆ ਜੇ ਲੈਣ, ਨਹੀਂ ਮੇਰਾ ਭਰਾ ਆਇਆ ਜੇ, ਅਤੇ ਜਿਹਦੇ 18 ਆਉਣ ਇੱਕ ਵਾਰੀ 18 ਆਓ ਅਤੇ ਇਹਨੂੰ ਜ਼ੈਨਬ ਨੂੰ ਆ ਕੇ ਲੈ ਕੇ ਜਾਓ। ਹੁਣ ਸੋਚ ਅੱਬਾਸ ਤੋਂ ਲੱਗ ਕੇ ਆਉਣ ਤੱਕ 18 ਦੇ ਹੱਥਾਂ 'ਚ ਤਲਵਾਰਾਂ ਨੇ, ਪੂਰਾ ਮਦੀਨੇ ਦੀ ਗਲੀ ਕੰਬਰੀ। ਸ਼ਾਹ ਜੀ ਜੁਮਲੇ 'ਤੇ ਸੁਣਿਆ ਜਿੱਥੇ ਪਹਿਲੇ ਆਉਣਾ ਚਾਹੁੰਦਾ, ਆ ਗਏ ਹੁਸੈਨ ਆਏ ਅੱਗੇ ਜਾਂ ਆਏ ਨੇ। ਅਬਦੁੱਲਾ ਨੇ ਚਾਰ ਪਈ ਤੋਂ ਗਿਰ ਕੇ ਪੈਰ ਚੁੰਮੇ, ਤੁਹਾਡੀ ਅਮਾਨਤ ਹੈ। ਲਓ ਜੀ ਮੈਂ ਸਾਹਿਬ ਦਾ ਉਸ ਜੁਮਲਾ ਸ਼ੁਰੂ ਹੋ ਗਿਆ ਜੀ, ਜੇ ਤੁਹਾਡੀ ਸਮਝ 'ਚ ਨਾ ਆਇਆ ਤਾਂ ਰੱਬ ਕੋਲੋਂ ਮਾਫ਼ੀ ਮੰਗਿਆ ਜੀ। ਇੰਜ ਕਰਕੇ ਕਿਹਾ ਤੁਹਾਡੀ ਧੀਏ ਲੈ ਜਾਓ, ਲੇਕਿਨ ਇੱਕ ਸ਼ਰਤ ਹੈ, ਮੁਰਸ਼ਦ ਸ਼ਰਤ ਪਚਾਈ ਅਤੇ ਬਰਦਾਸ਼ਤ ਕਰੀ, ਇੱਕ ਸ਼ਰਤ ਹੈ। ਹੁਸੈਨ ਨੇ ਕਿਹਾ ਬੋਲ ਕਿਹੜੀ ਸ਼ਰਤ ਹੈ? ਇਹ ਸ਼ਰਤ ਜਲਦੀ ਕਰ ਪੁੱਤਰ, ਜਲਦੀ ਬਹਿ ਜਾ, ਕਿਹੜੀ ਸ਼ਰਤ ਹੈ? ਉਹਨੇ ਕਿਹਾ ਜਿਵੇਂ 18 ਲੈ ਕੇ ਚੱਲੇ ਹੋ ਨਾ, ਇਵੇਂ 18 ਛੱਡ ਕੇ ਜਾਇਆ ਜੀ। ਓਏ ਹੋਏ 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 ਹੋਏ, ਉਹ ਮੈਂ ਕਿਹਨੂੰ ਸੁਣਾਵਾਂ, ਕਿੱਥੇ ਆ ਗਿਆ? ਜਿਵੇਂ 18 ਲੈ ਕੇ ਚੱਲਿਓ, ਇਵੇਂ 18 ਛੱਡਣ ਆਇਆ ਜੇ। ਹੁਸੈਨ ਜਲਦੀ ਜਲਦੀ ਵਿਹੜੇ 'ਚੋਂ ਬਾਹਰ ਆਇਆ, ਫਰਮਾ ਅਬਾਸ ਬਾਰਾ ਜਾ, ਆਸਮ ਬਾਰਾ ਜਾ, ਅਕਬਰ ਬਾਰਾ ਜਾ, ਜ਼ੈਨੁਲ ਆਬਦੀਨ ਬਾਰਾ ਜਾ, ਔਨ ਬਾਰਾ ਜਾ, ਮੁਹੰਮਦ ਬਾਰਾ ਜਾ, ਜਿੰਨਾ ਸ਼ਹੀਦ ਹੋਣਾ ਸੀ ਕਰਬਲਾ ਬਾਰਾ ਜਾ। ਜ਼ੈਨੁਲ ਆਬਦੀਨ ਦੀ ਇੱਥੋਂ ਬਾਹ ਫੜ ਕੇ ਸੈਯਦ ਨੇ ਕਿਹਾ, ਤੂੰ ਲੈ ਕੇ ਆ, ਉਹ ਤੂੰ ਹੀ ਲੈ ਕੇ ਆਏਗਾ, ਤੂੰ ਹੀ ਛੱਡਣ ਆਏਗਾ। ਸਜਦਾ ਅੱਖਾਂ ਨਮ ਕਰੋ, ਅੱਜ ਕੌਣ ਹੈ? ਕੌਣ ਹੈ? ਨਕਵੀ ਸੈਯਦ, ਤੂੰ ਕੌਣ ਹੈ? ਬੁਖਾਰੀ ਸੈਯਦ, ਤੂੰ ਕੌਣ ਹੈ? ਪਤਾ ਨਹੀਂ ਮੈਂ ਕਿਹੜੇ ਪਾਸੇ ਨਿਕਲ ਜਾ ਲਿਆ। ਕਾਜ਼ਮੀ ਸੈਯਦ, ਤੂੰ ਕੌਣ ਹੈ? ਜ਼ੈਦੀ ਸੈਯਦ, ਤੂੰ ਕੌਣ ਹੈ? ਜਾਫਰੀ ਸੈਯਦ, ਕਦੀ ਜ਼ੈਨਬੀ ਸੈਯਦ ਸੁਣੇ ਦੇ? ਉੱਚੀ ਬੋਲੋ, ਨਹੀਂ, ਜਿਹਨੇ ਹੁਸੈਨ 'ਤੇ ਨਸਲੀ ਵਾਰ ਦਿੱਤੀ ਹੈ ਉਸੇ ਜ਼ੈਨਬ ਕਹਿੰਦੇ। ਤੂੰ ਤੇ ਪੀ ਗਿਆ, ਤੂੰ ਸ਼ੇਰ ਸੁਣਨ ਵਾਲੀ ਕੌਮ ਹੈ, ਮੈਂ ਕਿੱਥੇ ਇਲਮ ਪੜ੍ਹ ਰਿਹਾ? ਅਗਰ ਇਹਦਾ ਆਨ ਮੁਹੰਮਦ ਜ਼ਿੰਦਾ ਰਹਿੰਦਾ, ਅੱਜ ਜ਼ੈਨ ਵੀ ਸੈਯਦ ਹੁੰਦੇ, ਜਿਹਨੇ ਦੀਨ ਤੇ ਨਸਲ ਕੁਰਬਾਨ ਕੀਤੀ ਹੈ ਨਾ, ਨਸਲ। ਉਹ ਬੋਲ ਓਏ, ਨਸਲ ਉਸੇ ਜ਼ੈਨਬ ਕਹਤੇ ਹੈ। ਜੇ ਮੈਂ ਸ਼ੁਰੂ ਕਰ ਬਿੱਟਾ ਤੇ ਸੁਣ, ਫਿਕਰਾ ਸੁਣ, ਵਾਦੀਏ ਤਨੀਮ ਇੱਥੇ ਆ ਕੇ ਸੈਯਦ ਨੇ ਡੇਰਾ ਲਾਇਆ, ਪਹਿਲੀ ਮੰਜ਼ਲ ਹੈ, ਪਹਿਲੀ ਮੰਜ਼ਲ। ਲੇਕਿਨ ਇਹ ਸੁਣੀ ਕਿਆਮਤ, ਖੈਮੇ ਲੱਗ ਗਏ ਨੇ, ਯਕਦਮ ਘੋੜਿਆਂ ਦੇ ਟਾਪ ਦੀ ਆਵਾਜ਼ ਆਈ। ਇਹ 4 ਕਿਲੋਮੀਟਰ ਮਦੀਨੇ ਦੁਆਰ ਵਾਦੀਏ ਤਨੀਮ, ਇਹ ਘੋੜੇ। ਹੁਸੈਨ ਪੁੱਛਦੇ ਨੇ ਅੱਬਾਸ ਵੇ ਕੌਣ ਹੈ? ਉਹਨੇ ਕਿਹਾ ਜੀ ਅਬਦੁੱਲਾ ਇਬਨੇ ਜਾਫਰ ਤਿਆਰ ਹੈ, ਜ਼ੈਨਬ ਦਾ ਸ਼ੌਹਰ। ਬੀਬੀ ਆਉਂਦੀ ਹੈ, ਬੀਬੀ ਉਹ ਦੁਆ ਕਰੋ ਮੇਰਾ ਸ਼ੌਹਰ ਮੈਨੂੰ ਲੈਣ ਨਾ ਆਵੇ। ਆਏ ਹਾਏ ਹਾਏ ਹਾਏ, ਮੈਂ ਪਤਾ ਨਹੀਂ ਤੂੰ ਮਸਾਹਿਬ ਦਾ ਕਿਹਾ ਸੀ ਤੇ ਫਿਕਰ ਇਕੱਲਾ ਬੋਲਣ ਲੱਗਾ, ਲੈਣ ਆਇਆ ਹੋਵੇ। ਜਾ ਅਬਦੁੱਲਾ ਉਤਰੇ ਥੱਲੇ, ਫਰਮਾ ਮੁਰਸ਼ਦ ਤੁਹਾਡੀ ਧੀ ਹੈ, ਤੁਹਾਡੀ ਭੈਣ ਹੈ, ਲੈ ਜਾਓ, ਲੇਕਿਨ ਸਿਰਫ 2 ਮਿੰਟ ਇਜਾਜ਼ਤ ਦਿਓ। ਇਹ ਇੱਕ ਤਾਂ ਮੈਂ ਤੁਹਾਡਾ ਮਾਨਨਾਮਾ ਲੈ ਕੇ ਆਇਆ, ਵਾਪਸ ਮਦੀਨੇ ਟੁਰ ਜਾਓ। ਫਰਮਾ ਤੂੰ ਆਨਾ ਵਾਪਸ ਜਾਓ, ਨਾਨਾ ਦਾ ਅੱਗੇ ਜਾ, ਇਹ ਨਹੀਂ ਅਗਲੀ ਗੱਲ ਕਰ। ਉਹਨੇ ਕਿਹਾ ਜੀ ਜੇ ਇਜਾਜ਼ਤ ਦਿਓ ਤਾਂ ਮੈਂ ਜ਼ੈਨਬ ਨਾਲ ਗੱਲ ਕਰ ਲਾਂ। ਇਹ ਗੱਲ 'ਚ ਹੀ ਮਸਾਇਆ ਵੀ, ਗੱਲ 'ਚ ਹੀ ਕਮਾਲ ਹੀ। ਆਪਨੇ ਫਰਮਾਇਆ ਤੇਰੀ ਬੀਵੀ ਹੈ, ਕਰ ਲੈ ਜ਼ੈਨਬ ਜੀ। ਜਦੋਂ ਕੋਈ ਲੰਮੇ ਸਫ਼ਰ 'ਤੇ ਜਾਏ ਅਤੇ ਅਸੂਲ ਹੁੰਦਾ ਸਦਕਾ ਦੇ ਕੇ ਜਾਂਦਾ, ਤੂੰ ਭਰਾ ਨਾਲ ਚੱਲੀ ਹੈ, ਤੇਰੇ ਭਰਾ ਵਰਗਾ ਭਰਾ ਕੋਈ ਨਹੀਂ, ਕੋਈ ਸਦਕੇ ਦਾ ਇੰਤਜ਼ਾਮ ਕੀਤਾ ਹੀ?
ਮੈਨੂੰ ਨਹੀਂ ਪਤਾ ਮੁਸਫਾ ਤੋਂ ਪਹੁੰਚੇਗਾ ਕਿ ਨਹੀਂ, ਕਿ ਅੱਗੇ ਸੁਣੀ ਬੈਠਾ ਫਿਕਰੇ, ਸਦਕੇ ਦਾ ਇੰਤਜ਼ਾਮ ਕੀਤਾ ਹੀ। ਫਰਮਾਇਆ ਅਬਦੁੱਲਾ ਮੈਂ ਭੁੱਲ ਗਈ ਹਾਂ। ਫਰਮਾਇਆ ਮੈਂ ਲੈ ਕੇ ਆਇਆ। ਉਹਨੇ ਕਿਹਾ ਚਾਚਾ ਜਾਇਆ, ਨਾ ਊਠ ਨਾ ਬੱਕਰੀਆਂ ਨਾ ਭੇਡਾਂ ਨਾ ਲੇਲੇ ਨਾ ਗਾਵਾਂ, ਸਦਕਾ ਕਹਿੰਦਾ। ਫਰਮਾਇਆ ਊਠਾਂ ਅਤੇ ਭੇਡਾਂ ਦਾ ਸਦਕਾ ਦਿੰਦੇ ਨੇ ਦੁਨੀਆ ਵਾਲੇ। ਔਰ ਕੁਰਾਨ ਦੇ ਕਸਮਾਂ ਜੋੜੀ ਅੱਗੇ ਬੈਠੇ ਹੋ, ਪਿਆਰੇ ਲੱਗਦੇ ਹੋ ਪੈ, ਜਿਵੇਂ ਬੋਲ ਰਹੇ ਹੋ, ਮੈਂ ਇਹ ਆ ਹੁਸੈਨ, ਮੈਂ ਆਪਣੀ ਜੋੜੀ ਲੈ ਕੇ ਆਇਆ, ਉਹ ਜਿੱਥੇ ਲੋੜ ਪਵੇ ਕਦੀ ਆਉਣ ਸਦਕਾ ਦੇਈ, ਕਦੀ ਮੁਹੰਮਦ ਸਦਕਾ ਦੇਈ। ਯੇ ਕਹਾ, ਯੇ ਕਹਾ, ਜ਼ੈਨਬ ਨੇ ਅਬਦੁੱਲਾ ਸੇ ਬੱਚੋਂ ਕੋ ਲੇ ਜਾ। ਯੇ ਕਹਾ, ਜ਼ੈਨਬ ਨੇ ਅਬਦੁੱਲਾ ਸੇ, ਅਬਦੁੱਲਾ ਨੇ ਜ਼ੈਨਬ ਸੇ ਬੱਚੋਂ ਕੋ ਲੇ ਜਾ। ਸੁਣਾ ਹੈ ਸਦਕਾ ਬਲਾਓਂ ਕੋ ਟਾਲ ਦੇਤਾ ਹੈ। ਕਿਆਮਤ ਅੱਗੇ ਆਏ, ਮੁਸਫਾ ਕੋਸ਼ਿਸ਼ ਕਰੀ ਤੇਰੀਆਂ ਅੱਖਾਂ 'ਚ ਪਾਣੀ ਆ ਜਾਏ, ਕਿਆਮਤ ਅੱਗੇ ਆ। ਇਹਨੀ ਗੱਲ ਕੀਤੀ, 4 ਮਹੀਨੇ ਤੇ 4 ਦਿਨ ਹੋ ਗਏ ਨੇ ਬੱਚਿਆਂ ਮਾਂ ਨੂੰ ਵੇਖਿਆ ਨੇ, ਬੱਚੇ ਦੋਵੇਂ ਭੱਜੇ, ਬੀਬੀ ਜ਼ੈਨਬ ਦੀ ਔਲਾਦ ਵੀ ਮਾਂ ਨੂੰ ਜੱਫੀ ਪਾਈ। ਫਰਮਾਇਆ ਕਿ ਫਲਾ ਮਕਾਮ, ਰੁਕ ਜਾਓ, ਰੁਕ ਜਾਓ, ਰੁਕੋ, ਸੁਣਿਆ ਨਹੀਂ ਤੁਹਾਡੇ ਪਿਓ ਨੇ ਕੀ ਕਿਹਾ? ਤੁਸੀਂ ਹੋ ਸਦਕਾ ਤੇ ਮੈਂ ਹਾਂ ਸੱਯਦ। ਓ ਸੋਨਾ ਸਾਹਿਬ, ਤੁਸੀਂ ਹੋ ਸਦਕਾ, ਮੈਂ ਹਾਂ ਸੱਯਦ ਜ਼ਾਦੀ, ਤੇ ਸੱਯਦ ਜ਼ਾਦੀਆਂ ਤੇ ਸਦਕਾ ਹਰਾਮ ਹੁੰਦਾ, ਮੇਰੇ ਨੇੜੇ ਨਹੀਂ ਆਉਣਾ। ਜਿਹਨੇ ਕਰਬਲਾ ਤੱਕ ਬੱਚਿਆਂ ਨੂੰ ਗੱਲ ਨਾਲ ਨਹੀਂ ਨਾ ਲਾਇਆ ਹੁਸੈਨ ਦਾ ਸਦਕਾ ਸਮਝ ਕੇ, ਉਸੇ ਜ਼ੈਨਬ ਕਹਤੇ। ਕੋਈ ਸੁਣ ਰਿਹਾ ਕਿ ਨਹੀਂ? ਮੈਂ ਪੜ੍ਹਨਾ ਨਹੀਂ ਸੀ, ਲੇਕਿਨ ਕਿਹੜੇ ਪਾਸੇ ਲੱਗ ਗਿਆ? ਆਖਰੀ ਦਿਨ ਆ ਗਿਆ। ਸੁਣ, ਇਹ ਸ਼ਹਾਦਤ ਇਹਨੂੰ ਕਿਹਨੇ ਸੁਣਾਣੀ ਹੈ? ਆ ਗਏ ਬੇਟਾ, ਮਾਮੂ ਇਜਾਜ਼ਤ। ਫਰਮਾਇਆ ਆਪਣੀ ਮਾਂ ਕੋਲ ਇਜਾਜ਼ਤ ਲਓ। ਖੈਮੇ 'ਚ ਆਏ, ਸਾਰੀ ਜਦੋਂ ਦੀ ਚੱਲਿਓ ਗੱਲ ਨਾਲ ਨਹੀਂ ਲਾਇਆ, ਅੰਮਾ ਹੁਣ ਤਾਂ ਗੱਲ ਨਾਲ ਲਾ। ਫਰਮਾਇਆ ਨਾ, ਸ਼ਹੀਦ ਹੋਵੋਗੇ ਫਿਰ ਤੁਹਾਡੀਆਂ ਲਾਸ਼ਾਂ ਚੁੰਮਾਂਗੀ, ਅਜੇ ਨਹੀਂ, ਅਜੇ ਨਹੀਂ, ਲੇਕਿਨ ਮੇਰੀਆਂ 3 ਨਸੀਹਤਾਂ ਨੇ, ਇਹਦੇ ਵਿੱਚ ਹੀ ਕਿਆਮਤ ਹੈ, ਇਹਨਾਂ 3 ਨਸੀਹਤਾਂ ਵਿੱਚ ਹੀ ਤੂਫਾਨ ਹੈ, ਇਹਨਾਂ ਵਿੱਚ ਹੀ ਮਸਾਇਬ ਨੇ। ਕੀ? ਨੰਬਰ ਇੱਕ, ਲੜੋ ਜਾਫਰੇ ਤਿਆਰ ਦੀ ਤਰ੍ਹਾਂ, ਲੜੋ ਹੈਦਰੇ ਕਰਾਰ ਦੀ ਤਰ੍ਹਾਂ, ਲੇਕਿਨ ਜਦੋਂ ਦਰਿਆਏ ਫਰਾਤ ਦੇ ਕੰਢੇ 'ਤੇ ਜਾਓ ਅਤੇ ਅੱਖਾਂ ਬੰਦ ਕਰ ਲਿਆ ਜੇ, ਪਾਣੀ ਵੇਖਿਆ ਨਾ ਜੇ, ਮੇਰੇ ਭਰਾ ਜੇ, ਪਿਤਾ ਨੇ ਜੇ, ਅੱਖਾਂ ਬੰਦ ਕਰ ਲਿਆ ਜੇ, ਪਾਣੀ ਵੱਲ ਵੇਖਣਾ ਨਹੀਂ, ਮੇਰੇ ਭਰਾ ਜੇ ਤੱਕ ਪਿਤਾ ਨਹੀਂ। ਨੰਬਰ 2, ਆਉਣ ਤੂੰ ਵੱਡਾ ਅਤੇ ਮੁਹੰਮਦ ਤੂੰ ਛੋਟਾ, ਤੈਨੂੰ ਇਜਾਜ਼ਤ ਹੈ 6 ਕਿਲੋਮੀਟਰ ਕਰਬਲਾ ਦੀ ਹੱਦ, ਤੂੰ ਡਿੱਗੀ ਕਰਬਲਾ ਦੇ ਵਿੱਚ, ਮਾਫੀ, ਲੇਕਿਨ ਆਉਣ ਤੂੰ ਕਰਬਲਾ 'ਚ ਨਹੀਂ ਡਿੱਗਣਾ, ਲੜਦਿਆਂ ਲੜਦਿਆਂ ਬਾਰਡਰ ਤੋਂ ਬਾਹਰ ਜਾ ਕੇ ਡਿੱਗੀ, ਮੇਰਾ ਵੀਰ ਸਵੇਰ ਦਾ ਲਾਸ਼ਾ ਢੋ ਢੋ ਕੇ ਥੱਕ ਗਿਆ। ਉਹ ਕੋਈ ਸਮਝ ਆਈ ਆ ਗੱਲ? ਮੇਰਾ ਭਰਾ ਸੁਬਾਹ ਦਾ ਲਾਸ਼ਾ ਢੋਣ ਡਿਆ, ਥੱਕ ਗਿਆ, ਤੂੰ ਜਵਾਨ ਹੈ, ਤੇਰੀ ਲਾਸ਼ ਉਠਾਉਣੀ ਨਾ ਪਵੇ। 6 ਕਿਲੋਮੀਟਰ ਕਰਬਲਾ ਤੋਂ ਬਾਹਰ ਸ਼ਹਿਜ਼ਾਦੇ ਆਉਣ ਦੀ ਕਬਰ। ਔਰ ਇਸ ਦਫ਼ਾ 'ਤੇ ਮੇਰੀ ਖੁਸ਼ ਨਸੀਬੀ, ਜਦੋਂ ਮੈਂ ਸਲਾਮ 7 ਸਾਲ ਹੋ ਗਿਆ ਮੈਨੂੰ ਜਾਂਦਿਆਂ ਗਿਆ, ਅਤੇ ਮੁਕਾਮੀ ਜਿਹੜੇ ਗਾਰਡ ਸਨ ਉਹਨਾਂ ਕਤਾਲ ਇਧਰ ਆ, ਉਹ ਮੈਨੂੰ ਤਾਲਾ ਖੋਲ੍ਹ ਕੇ ਅੰਦਰ ਲੈ ਗਿਆ, 16 ਪੌੜੀਆਂ ਥੱਲੇ ਕੱਚੀ ਕਬਰ ਸ਼ਹਿਜ਼ਾਦੇ ਦੀ। ਉਹਨਾਂ ਕਿਹਾ, ਆਹੀ ਮਿੱਟੀ ਕਰਬਲਾ ਦੀ ਅਤੇ ਆਹੀ ਸ਼ਹਿਜ਼ਾਦੇ ਦੀ ਕਬਰ।
ਕੱਚੀ ਤਵੱਜੋ ਆਉਣ ਸੁਣ। ਨੰਬਰ 1 ਪਾਣੀ ਵੇਖ ਕੇ ਅੱਖ ਬੰਦ। ਨੰਬਰ 2 ਨਿੱਕੇ ਨੂੰ ਅਜਾਜ਼ ਤੇ ਡਿੱਗ ਪਵੇ ਤੂੰ ਕਰਬਲਾ ਦੀ ਜ਼ਮੀਨ ਤੇ ਡਿੱਗਣਾ ਨਹੀਂ, ਬਾਹਰ ਜਾ ਕੇ। ਤੇ ਜਦੋਂ ਡਿੱਗੇ ਉਦੋਂ ਮੇਰੇ ਭਰਾ ਨੂੰ ਮਦਦ ਲੈਣੀ ਸਦਨਾ, ਨਹੀਂ ਤੇ ਇਹ ਪਹੁੰਚ ਜਾਏਗਾ ਭਾਵੇਂ ਤੂੰ 50 ਮੀਲ ਤੇ ਹੋਵੇਂ, ਤੇ ਮੱਥੇ ਤੇ ਹੱਥ ਰੱਖ ਕੇ ਸਲਾਮ ਕਰੀ ਜਿੰਨਾ ਚਿਰ ਇਹ ਇਜਾਜ਼ਤ ਨਾ ਦੇ ਹੱਥ ਨਹੀਂ ਉਹ ਚੁੱਕਣਾ। ਲੋਕੋ ਸੁਣ ਲਓ, ਏ ਮੈਂ ਜ਼ੈਨਬ ਦੇ ਬੱਚਿਆਂ ਦੀ ਛੱਤ ਫੜ ਰਿਹਾ। ਜਾਓ ਬੀਬੀ ਅੰਦਰ ਮਸੱਲੇ ਤੇ ਬਹਿ ਗਈ, ਹੁਸੈਨ ਕਮੈਂਟਰੀ ਕਰਨ ਵਾਸਤੇ ਗੇਟ 'ਚ ਖਲੋ ਗਏ। ਜ਼ੈਨਬ ਜੀ ਤੇਰੇ ਬੱਚੇ ਇੰਜ ਲੜ ਰਹੇ ਨੇ ਜਿਵੇਂ ਅੱਬਾ ਹੈਦਰ ਕਰਾਰ ਲੜਦਾ ਸੀ। ਬੀਬੀ ਨੇ ਕਿਹਾ ਸੁਭਾਨ ਅੱਲਾ। ਜ਼ੈਨਬ